ਪਾਰਟੀ ਦੇ ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸ਼੍ਰੋਮਣੀ ਅਕਾਲੀ ਦਲ ਨੇ ਮਾਫੀ ਮੰਗੀ ਹੈ ਗੁਰੂ ਘਰ ਜਾ ਕੇ ਮਾਫੀ ਮੰਗਣਾ ਕੋਈ ਗੁਨਾਹ ਨਹੀਂ ਹੈਗਾ, ਪਰ ਗੁਨਾਹਾਂ ਲਈ ਮਾਫੀ ਮੰਗੀ ਗਈ ਹੈ ਜਾਂ ਗਲਤੀਆਂ ਲਈ ਮੰਗੀ ਗਈ ਹੈ? ਖਿਮਾ ਯਾਚਨਾ ਕਾਹਦੀ ਮੰਗੀ ਗਈ ਹੈ? ਸਵਾਲ ਵਾਰ ਵਾਰ ਪੁੱਛਿਆ ਜਾ ਰਿਹਾ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਕੋਈ ਜਵਾਬ ਨਹੀਂ ਆ ਰਿਹਾ। ਕਿਹਾ ਗਿਆ ਸੀਗਾ ਕਿ 8 ਤਰੀਕ ਨੂੰ ਜਦੋਂ ਇਹ ਸਮਾਗਮ ਸ਼ੁਰੂ ਹੋਏ ਸੀਗੇ ਉਦੋਂ ਕਿਹਾ ਗਿਆ ਸੀਗਾ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ, ਪਰ ਜਦੋਂ ਸਮਾਗਮ ਖਤਮ ਹੋਏ ਉਦੋਂ ਵੀ ਇੱਕੋ ਗੱਲ ਕਹੀ ਕਿ ਅੱਜ ਕੋਈ ਸਿਆਸੀ ਗੱਲ ਨਹੀਂ ਕਰਨੀ, ਜਵਾਬ ਮੈਂ ਕੀ ਦੇਣਾ, ਜਵਾਬ ਦੇਣ ਲਈ ਜ਼ਿੰਦਗੀ ਪਈ ਹੈ। ਅਸੀਂ ਸਵਾਲ ਇੱਕੋ ਹੀ ਪੁੱਛਾਂਗੇ, ਕਿਹੜੀਆਂ ਭੁੱਲਾਂ ਹੋਈਆਂ, ਕਿਸ ਤੋਂ ਮਾਫੀ ਮੰਗੀ ਹੈ ਅਤੇ ਮਕਸਦ ਹੈ ਕੀ? ਅੱਜ ਬਹਿਸ ਕਿਉਂ ਕਰ ਰਹੇ ਹਾਂ? ਜਿਹਨਾਂ ਬਿੰਦੂ ਤੇ ਬਹਿਸ ਕਰਨੀ ਹੈਗੀ ਤੁਹਾਨੂੰ ਬਿੰਦੂ ਦੱਸਦੀ ਹੈ। ਬਿੰਦੂ ਇਹ ਹੈਗੀ ਹੈ, ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੁੱਲਾ ਬਖਸ਼ਾਉਣ ਲਈ ਰੱਖੇ ਸਮਾਗਮ ਸੰਪੰਨ ਹੋਏ ਆ। ਸਮਾਗਮ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੀਡੀਆ ਦੇ ਰੂਬਰੂ ਹੋਏ ਆ। ਬਾਦਲ ਨੇ ਮੁੜ ਦੁਹਰਾਇਆ, ਕਿਸੇ ਸਿਆਸੀ ਸਵਾਲ ਦਾ ਜਵਾਬ ਨਹੀਂ ਦੇਵਾਂਗਾ, ਜਾਣੇ ਅਣਜਾਣੇ ਹੋਈਆਂ ਭੁੱਲਾਂ ਲਈ ਹਰ ਕਿਸੇ ਤੋਂ ਮਾਫੀ ਮੰਗਦੇ ਹਾਂ। ਬਾਦਲ ਨੇ ਇਹ ਵੀ ਕਿਹਾ, ਈਵਨ ਕਿ ਇਹ ਵੀ ਕਿਹਾ ਕਿ ਤੁਹਾਡੇ ਤੋਂ ਮਾਫੀ ਮੰਗਦੀ ਹੈ, ਤੁਹਾਨੂੰ ਵੀ ਕੁਛ ਕਿਹਾ ਗਿਆ ਹੋਵੇ, ਯਾਨੀ ਕਿ ਮੀਡੀਆ ਨੂੰ ਇਹ ਕਿਹਾ ਗਿਆ। ਕਾਂਗਰਸ ਆਪ ਸਣੇ ਟਕਸਾਲੀ ਆਗੂ ਨੇ ਅਕਾਲੀਆਂ ਦੀ ਮਾਫੀ ਨੂੰ ਡਰਾਮਾ ਦੱਸਿਆ। ਸਿੱਖ ਸਦਭਾਵਨਾ ਦਲ ਦੀ ਅਗਵਾਈ ਵਿੱਚ ਬਾਦਲਾਂ ਦਾ ਵਿਰੋਧ ਕੀਤਾ ਗਿਆ, ਫਖਰੇ ਕੌਮ ਸਨਮਾਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਵਿਰੋਧੀ ਕਹਿ ਕੀ ਰਿਹਾ ਪਹਿਲਾਂ ਉਹ ਸੁਣ ਲਈਏ ਕਿ ਸਾਰਾ ਕੁਛ ਲਟਾ ਕੇ ਜੇ ਹੋਸ਼ 'ਚ ਆਏ ਤਾਂ ਕੀ ਆਏ, ਸਾਡਾ ਕਿੰਨੇ ਧਰਮਾਂ ਦੇ ਅਪਮਾਨ ਹੋਏ, ਕਿੰਨੇ ਇੱਥੇ ਖੂਨ ਦੀਆਂ ਨਾਲੀਆਂ ਵਗੀਆਂ, ਨਾਲੀਆਂ ਅਤੇ ਗਲੀਆਂ ਵਗੀਆਂ ਸਾਰੀਆਂ। ਇਹ ਨਹਿਰਾਂ ਖੂਨ ਦੀਆਂ ਵਗਾਉਣ ਵਾਲੇ ਇਹ ਸੀ, ਧਰਮਾਂ ਦੀ ਆੜ ਲੈ ਕੇ ਸਿਆਸਤ ਕਰਨ ਵਾਲੇ ਇਹ ਸੀ। ਹੁਣ ਇਹਨਾਂ ਦਾ ਸਾਰਾ ਲੋਕਾਂ ਨੇ ਦੇਖ ਲਿਆ, ਖਾਤਮਾ ਹੋ ਗਿਆ ਪਿੰਡਾਂ 'ਚ, ਇਹਨਾਂ ਨੂੰ ਕੋਈ ਵੜ ਨਹੀਂ ਦਿੰਦਾ, ਆਪਦੀਆਂ ਪਾਰਟੀਆਂ ਇਹਨਾਂ ਦੀਆਂ ਖੇਰੂ ਹੋ ਕੇ ਛੱਡ ਕੇ ਭੱਜ ਗਈਆਂ। ਹੁਣ ਅਖੀਰਲਾ ਹਥਿਆਰ ਇਹਨਾਂ ਨੇ ਫਿਰ ਧਰਮ ਦੀ ਆੜ ਹੀ ਲੈਣਾ ਚਾਹੁੰਦੇ ਆ ਕਿ ਅਸੀਂ ਭਾਂਡੇ ਮਾਂਜ ਕੇ ਕਰਾਂਗੇ। ਇਹ ਅੱਜ ਦੇ ਭਾਂਡੇ ਮਾਂਜਿਆਂ ਨਾਲ ਗੱਲ ਨਹੀਂ ਹੋਣੀ, ਇਹ ਜਿਹੜੇ ਇਕੱਠੇ ਹੋ ਕੇ ਉਸ ਵਕਤ ਪੰਜਾਬ ਨੂੰ ਜਿਸ ਤਰ੍ਹਾਂ ਲੁੱਟਿਆ ਜਾ ਰਿਹਾ ਸੀ, ਰੋਂਦਾ ਸੀ ਪੰਜਾਬ, ਉਸ ਵਕਤ ਇਹਨਾਂ ਨੇ ਸਾਰਾ ਕੁਛ ਕੀਤਾ, ਕੀ ਉਹ ਸਾਰਾ ਕੁਛ ਵਾਪਸ ਲਿਆ ਸਕਦੇ ਆ? ਔਰ ਭਾਂਡੇ ਵੀ ਮੈਂ ਦੇਖਿਆ ਮਾਂਜ ਦੇ ਇੱਕ ਥਾਂ 'ਤੇ, ਤਾਂ ਸ਼ਾਇਦ ਉਹ ਆਪਣੇ ਜਿਹੜੇ ਹੈਗੇ ਆ ਜੋਗਿੰਗ ਸਪੂਟ ਹੀ ਪੋਲਿਸ਼ ਕਰੀ ਜਾਂਦੇ ਆ, ਉਹ ਸਪੋਰਟਸ ਸ਼ੂਜ ਤਾਂ ਪੋਲਿਸ਼ ਹੀ ਨਹੀਂ ਹੁੰਦੇ, ਉਹ ਵੀ ਪੋਲਿਸ਼ ਕਰੀ ਜਾਂਦੇ ਨੇ ਬੈਠੇ ਆ ਕੇ ਦੇਖ ਕੇ। ਸੋ ਇਹ ਸਾਰੀ ਡਰਾਮੇਬਾਜ਼ੀ ਹੈ, ਲੋਕ ਇਹਨਾਂ ਦੀਆਂ ਗੱਲਾਂ ਨੂੰ ਜਾਣਦੇ ਆ, ਚਾਲਾਂ ਨੂੰ ਜਾਣਦੇ ਆ। ਹੁਣ ਇਹਨਾਂ ਦੀ ਇਹ ਧਰਮ ਦੀ ਵਾਸਤੇ ਵਾਲੀ ਜਿਹੜੀ ਅਪੀਲ ਹੈ, ਜਿਹਦੇ 'ਤੇ ਮੁੜ ਕੇ ਸਰਵਾਈਵ ਕਰਕੇ ਫਿਰ ਸਿਆਸੀ ਪੌੜੀ ਲਾਉਣਾ ਚਾਹੁੰਦੇ ਆ, ਲੋਕ ਉੱਥੇ ਚੜ੍ਹ ਨਹੀਂ ਦੇਣਗੇ ਇਹਨਾਂ ਨੂੰ। ਅਤੇ ਮਰਿਆਦਾ, ਪਹਿਲਾਂ ਭੁੱਲਾਂ ਲਿਖੋ, ਡਾਇਰੀ ਲਿਖੋ, ਬਾਹਰ ਲਿਖੋ, ਫਿਰ ਦੱਸੋ ਕਿਹੜੀ ਭੁੱਲ। ਇਹ ਤਾਂ ਜਨਮ ਲੱਗ ਜਾਓ ਫਿਰ ਪੂਰਾ ਜਨਮ ਉੱਥੇ ਸੇਵਾ ਕਰਨ, ਤਾਂ ਮੰਨਿਆ ਵੀ ਕਿਹੜੀ ਕਿਹੜੀ ਭੁੱਲ ਸੰਗਤ ਜਦੋਂ ਮਾਫ਼ ਕਰੇਗੀ ਪੰਜਾਬ ਦੀ, ਜਿਹੜੇ ਲੋਕਾਂ ਨੂੰ ਇਹਨਾਂ ਨੇ ਤੰਗ ਕੀਤਾ, ਜਿਹੜੇ ਗੁਰਸਿੱਖ ਬੰਦਿਆਂ ਦੇ ਇਹਨਾਂ ਨੇ ਪਰਚੇ ਕਰਾਏ, ਆਮ ਮਾਸੂਮ ਬੰਦਿਆਂ ਦੇ ਪਰਚੇ ਕਰਾਏ, ਲੋਕਾਂ ਦੀਆਂ ਪ੍ਰੋਪਰਟੀਜ਼ ਦਬ ਦਬ ਕੇ ਆਪਣੇ ਸਿਤਾਰੇ ਸਰਕਾਰੀ ਪੈਸਾ ਆਪਣੇ ਪੈਲੇਸਿਸ ਤੇ ਖਰਚਿਆ, ਸੋ ਕਿਹੜੀ ਕਿਹੜੀ ਗੱਲ ਦੀ ਮਾਫ਼ੀ? ਇਹ ਗੱਲਾਂ ਮਾਫ਼ੀ ਯੋਗ ਹੈ ਨਹੀਂ। ਉਹ ਦੱਸ ਦੇਣ ਕਿਹੜੀ ਗੱਲ ਦੀ ਮਾਫ਼ੀ ਮੰਗਣ ਆਈ ਹੈ, ਤੇ ਲੋਕਾਂ ਜਦੋਂ ਸਾਰੇ ਲੋਕ ਮੰਨ ਜਾਣਗੇ। ਮੇਰਾ ਇਹੀ ਸਲਾਹ ਹੈ ਕਿ ਉਹ 10 ਸਾਲ ਜੇ ਉਹਨਾਂ ਨੇ ਰੂਲ ਕੀਤਾ, ਘੱਟ ਤੋਂ ਘੱਟ 10 ਸਾਲ ਤਾਂ ਉੱਥੇ ਸੇਵਾ ਕਰਨ, ਸ਼ਾਇਦ ਪੰਜਾਬ ਦੇ ਕਿਸੇ ਇਨਸਾਨ ਨੂੰ ਉਹਨਾਂ ਤੇ ਤਰਸ ਆ ਜਾਵੇ। ਦੇਖੋ, ਬਾਦਲ ਸਾਹਿਬ ਨੂੰ ਪਹਿਲਾਂ ਲੋਕਾਂ ਜਾ ਕੇ ਆਪਣੀਆਂ ਗਲਤੀਆਂ ਦੱਸਣੀਆਂ ਚਾਹੀਦੀਆਂ ਨੇ ਵੀ ਕੀ ਮੈਂ ਗਲਤੀਆਂ ਕੀਤੀਆਂ ਨੇ, ਕਿਵੇਂ ਮੈਂ ਪੰਜਾਬ ਵਿੱਚ ਨਸ਼ੇ ਵੇਚੇ, ਕਿਵੇਂ ਮੈਂ ਪੰਜਾਬ ਨੂੰ ਲੁੱਟਿਆ, ਕਿਵੇਂ ਮੈਂ ਟਰਾਂਸਪੋਰਟ ਡਿਪਾਰਟਮੈਂਟ 'ਤੇ ਕਬਜ਼ਾ ਕੀਤਾ, ਕਿਵੇਂ ਮੈਂ ਲੋਕਾਂ ਦੀ ਜ਼ਮੀਨਾਂ ਦੱਬੀਆਂ, ਕਿਵੇਂ ਮੈਂ ਰੇਤਾ ਖਾਧਾ ਪੰਜਾਬ ਦਾ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਤਮਾਮ ਜਿੰਨੇ ਵੀ ਇਹਨਾਂ ਨੇ ਪੰਜਾਬ ਨੂੰ ਲੁੱਟਣ ਲਈ ਕਾਰਵਾਈਆਂ ਕੀਤੀਆਂ, ਸਾਰੀਆਂ ਜਨਤਕ ਕਰਨ, ਉਸ ਤੋਂ ਬਾਅਦ ਲੋਕਾਂ 'ਚ ਮਾਫ਼ੀ ਮੰਗਣ, ਫਿਰ ਜਾ ਕੇ ਕਿਤੇ ਭੁੱਲ ਬਖਸ਼ਾਉਣ ਦੀ ਗੱਲ ਕਰਨ। ਇਹ ਨਹੀਂ ਤਾਂ ਇੱਕ ਬਹੁਤ ਵੱਡਾ ਸਿਆਸੀ ਡਰਾਮਾ ਗਾ, ਕਿਉਂਕਿ ਬਾਦਲ ਸਾਹਿਬ ਨੂੰ ਆਮ ਤੌਰ 'ਤੇ ਕਿਹਾ ਜਾਂਦਾ ਕਿ ਬਹੁਤ ਵੱਡਾ ਡਰਾਮੇਬਾਜ਼ ਆ ਬਾਦਲ ਸਾਹਿਬ, ਉਹ ਉਸ ਤਰ੍ਹਾਂ ਦੀ ਅੱਜ ਡਰਾਮੇਬਾਜ਼ੀ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੀਆਂ ਭੁੱਲਾਂ ਨੇ ਉਹ ਗੁਰੂ ਮਹਾਰਾਜ ਵੀ ਬਖਸ਼ ਦਿੰਦਾ ਆ ਅਤੇ ਖਾਲਸਾ ਪੰਥ ਵੀ ਬਖਸ਼ ਦਿੰਦਾ ਆ, ਲੇਕਿਨ ਜਿਹੜੇ ਪਾਪ ਕੀਤੇ ਹੁੰਦੇ ਨੇ ਉਹ ਨਾ ਗੁਰੂ ਬਖਸ਼ ਸਕਦਾ ਅਤੇ ਨਾ ਖਾਲਸਾ ਪੰਥ ਬਖਸ਼ ਸਕਦਾ। ਬਾਦਲਾਂ ਨੇ ਆਪਣੇ 10 ਸਾਲਾਂ ਦੇ ਰਾਜ ਵਿੱਚ ਪਾਪ ਕੀਤੇ ਆ, ਇਸ ਕਰਕੇ ਨਾ ਗੁਰੂ ਨੇ ਬਖਸ਼ਣਾ ਅਤੇ ਨਾ ਖਾਲਸਾ ਪੰਥ ਨੇ ਬਖਸ਼ਣਾ ਆ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਉਹ ਸੇਵਾ ਕਰ ਰਹੇ ਹੋ, ਕੋਈ ਸੇਵਾ ਕੋਈ ਡਰਾਮਾ ਕਰ ਰਹੇ ਹੋ, ਤਾਂ ਉਹਦੇ ਡਰਾਮੇਬਾਜ਼ੀ ਆ ਸਾਰੀ, ਸਭ ਲੋਕਾਂ ਨੂੰ ਪਤਾ। ਅੱਜ ਤੁਸੀਂ ਅਖਬਾਰਾਂ ਪੜ੍ਹੀਆਂ, ਸਭ ਦੁਨੀਆਂ ਦੇ ਵਿੱਚ ਲੋਕਾਂ ਨੇ ਕਿਹਾ ਪਖੰਡ ਕਰਦੇ ਪਾਪੀ ਆ, ਇਹ ਪਖੰਡ ਕਰਦੇ ਨੇ, ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਅੱਗੇ ਤਾਂ ਲੋਕ ਬਣ ਜਾਂਦੇ ਰਹੇ, ਪਰ ਐਰਕੀ ਦੀ ਨਹੀਂ, ਬਿਲਕੁਲ ਲੋਕ ਜਿਹੜੇ ਬੜੇ ਸੁਚੇਤ ਨੇ। ਸਵਾਲ ਇੱਕ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਕਿਹੜੀਆਂ ਭੁੱਲਾਂ ਦੇ ਸਵਾਲ 'ਤੇ ਬੋਲਦੀ ਨਹੀਂ ਪਈ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਤਲੋਚਨ ਸਿੰਘ ਸੀਨੀਅਰ ਪੱਤਰਕਾਰ ਨੇ, ਤਲੋਚਨ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਨੇ, ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਤੋਂ ਆ, ਤਾਰਾ ਸੰਧੂ ਕਾਂਗਰਸ ਤੋਂ ਆ, ਗਵਿੰਦਰ ਮਿੱਤਲ ਆਮ ਆਦਮੀ ਪਾਰਟੀ ਤੋਂ, ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਧਾਰਨੀ ਸਾਹਿਬ, ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਹੀ ਬਣਦਾ। ਧਾਰਨੀ ਸਾਹਿਬ, 10 ਸਾਲ ਦੀਆਂ ਭੁੱਲਾਂ ਚੁੱਕਾਂ 'ਚ ਤੁਸੀਂ ਮਾਫੀ ਮੰਗੀ ਹੈ ਨਾ? ਬਿਲਕੁਲ, ਹਾਂ। ਤੁਸੀਂ ਕੱਲਿਆਂ ਨੇ ਕੀਤੀ? ਨਹੀਂ, ਇਹ ਜਿਹੜੇ
ਹੁਣੇ ਤੁਹਾਡੇ ਟੀਵੀ ਤੇ ਬੋਲ ਰਹੇ ਸੀ, ਇਹ ਵੀ ਨਾਲ ਹੀ ਸੀ ਸਾਡੇ ਹੁੰਦੇ? ਅੱਛਾ, ਇਹ ਵੀ ਨਾਲ ਸੀ? ਹਾਂਜੀ, ਇਹ ਨਾਲ ਬੀਜੇਪੀ ਵਾਲੇ ਨਾਲ ਨਹੀਂ ਸੀਗੇ, ਉਹਨਾਂ ਨੂੰ ਨਾਲ ਲੈ ਜਾਂਦੇ ਨਾ? ਨਹੀਂ ਨਹੀਂ, ਦੇਖੋ ਬੀਜੇਪੀ ਵਾਲੇ ਉਹਨਾਂ ਦੇਖੋ ਅਕਾਲ ਤਖ਼ਤ ਦਾ ਇੱਕ ਆਪਣਾ ਜਗ੍ਹਾ ਹੈਗੀ ਹੈ, ਉਸ 'ਤੇ ਜਿਹੜਾ ਗੁਰਸਿੱਖ ਆਦਮੀ ਹੈਗਾ, ਜੇ ਉਹ ਸਮਝਦਾ ਗੁਰੂ ਨਾਨਕ ਨਾਮ ਲੇਵਾ ਹੈਗਾ ਜਾਂ ਸਿੱਖ ਧਰਮ ਦੇ ਸਿੱਖ ਫਿਲਾਸਫੀ ਦੇ ਵਿੱਚ ਵਿਸ਼ਵਾਸ ਰੱਖਦਾ, ਉਹ ਸਮਝਦਾ ਕਿ ਉਸ ਤੋਂ ਕੋਈ ਵਿਸ਼ਵਾਸ ਰੱਖਦੀ, ਇਹ ਬੀਜੇਪੀ ਨੂੰ ਪਤਾ ਹੋ ਸਕਦਾ ਜਾਂ ਬੀਜੇਪੀ ਇਸ ਬਾਰੇ 10 ਸਾਲ ਤੁਸੀਂ ਇਕੱਲਿਆਂ ਨੇ ਗਲਤੀਆਂ ਕੀਤੀਆਂ, ਬੀਜੇਪੀ ਨੇ ਨਹੀਂ ਕੀਤੀਆਂ? ਨਹੀਂ, ਹੋ ਸਕਦਾ ਬੀਜੇਪੀ ਵਾਲਿਆਂ ਨੂੰ ਲੱਗਦਾ ਹੋਵੇ ਉਹਨਾਂ ਦਾ ਹੋਰ ਤਰੀਕਾ ਹੋਵੇ ਕੋਈ ਆਪਣੀ ਗਲਤੀ ਮਨਾਉਣ ਦਾ, ਮੰਗਣ ਦਾ। ਤੁਸੀਂ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਕੀਤਾ, ਅਕਾਲ ਤਖ਼ਤ ਸਾਹਿਬ ਤੇ ਗਏ ਸੀ? ਅਕਾਲ ਤਖ਼ਤ ਸਾਹਿਬ ਤੇ ਨਾਲ ਹੀ ਹੈ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦਾ, ਜਿਹੜੀ ਥਾਂ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਤਾਂ ਨਾਲ ਬਹੁਤ ਕੁਝ ਹੈ। ਦੇਖੋ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਕੀਤਾ ਸੀਗਾ, ਦੇਖੋ ਮੈਂ ਤੁਸੀਂ ਮਰਿਆਦਾ ਦਾ ਜ਼ਿਕਰ ਕੀਤਾ ਸੀ, ਮੈਂ ਉਸ ਕਰਕੇ ਸਵਾਲ ਕਰ ਰਿਹਾ ਤੁਹਾਨੂੰ। ਮੈਂ ਦੱਸਦਾ ਜੀ, ਮੈਂ ਇੱਕ ਤੁਹਾਡੇ ਗਿਆਤ ਲਈ ਗੱਲ ਦੱਸ ਦਿੰਦਾ ਕਿ ਅਕਾਲ ਤਖ਼ਤ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹ ਹਰ ਮਹੀਨੇ ਜਿਹੜਾ ਹੈਗਾ ਪਾਠ ਰਖਾਉਂਦੇ ਆ ਔਰ ਹਰ ਮਹੀਨੇ ਉੱਥੇ ਜਾਂਦੇ ਆ ਔਰ ਹਰ ਜਿਹੜੀ ਭੁੱਲ ਹੈਗੀ ਆ ਉਹਨੂੰ ਹਰ ਸਿੱਖ ਹੈ ਜਿਹੜਾ ਗੁਰੂ ਨਾਨਕ ਨਾਮ ਲੇਵਾ ਹੈ। ਮੇਰੇ ਗਿਆਤ 'ਚ ਹੋਰ ਵਾਧਾ ਕਰ ਦਿਓ ਫਿਰ। ਹਾਂਜੀ, ਫਿਰ ਹੁਣ ਭੁੱਲਾਂ ਬਖਸ਼ਾਉਣ ਦੀ ਕੀ ਲੋੜ ਸੀ ਜੇ ਹਰ ਮਹੀਨੇ ਜਾਂਦੀ ਆ ਤਾਂ? ਦੇਖੋ ਉਹ ਅਰਦਾਸ ਵੀ ਕਰਦੇ ਆ ਨਾ, ਅਰਦਾਸ 'ਚ ਵੀ ਇਹੀ ਗੱਲ ਕਹੀ ਜਾਂਦੀ। ਬਿਲਕੁਲ ਬਿਲਕੁਲ, ਦੇਖੋ ਉਹ ਜਾਤੀ ਤੌਰ 'ਤੇ ਜਾਂਦੇ ਆ, ਹੁਣ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਹੈਗੀ ਆ, ਲੋਕ ਚਾਹੁੰਦੇ ਸੀ ਜਾਂ ਆਪੋਜੀਸ਼ਨ ਪਾਰਟੀਜ਼ ਜਿਹੜੀਆਂ ਹੈਗੀਆਂ ਕਹਿੰਦੀਆਂ ਸੀ ਔਰ ਕਹਿ ਰਹੀਆਂ ਸੀ ਕਿ ਇਹਨਾਂ ਨੂੰ ਅਕਾਲ ਤਖ਼ਤ 'ਤੇ ਜਾਣਾ ਚਾਹੀਦਾ, ਇਹਨਾਂ ਨੂੰ ਹਰਿਮੰਦਰ ਸਾਹਿਬ ਜਾਣਾ ਚਾਹੀਦਾ, ਉਹਨਾਂ ਲੋਕਾਂ ਦੀ ਸਭ ਦੀ ਭਾਵਨਾ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ ਕਿ ਸਾਨੂੰ ਜਿਹੜਾ ਹੈਗਾ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਨਾ ਚਾਹੀਦਾ। ਲੋਕੀ ਕਹਿੰਦੇ ਸੀ, ਵਿਰੋਧੀ ਕਹਿੰਦੇ ਸੀ, ਸਾਰੇ ਕਹਿੰਦੇ ਸੀ, ਤੁਹਾਡੇ ਆਪਣੇ ਕਹਿੰਦੇ ਤੁਸੀਂ ਉਹਨਾਂ ਦੀ ਗੱਲ ਹੀ ਮੰਨੀ, ਉਹਨੂੰ ਚੱਕ ਕੇ ਬਾਹਰ ਕਰਤਾ। ਨਹੀਂ, ਅਸੀਂ ਉਹਨਾਂ ਦੀ ਉਹ ਆਪ ਹੀ ਉਹਨਾਂ ਨੂੰ ਵੀ ਜਾਣਾ ਚਾਹੀਦਾ ਸੀ, ਮੈਂ ਤਾਂ ਇਹ ਸਮਝਦਾ ਕਿ ਉਹ ਜਿਹੜੇ ਬੈਠੇ ਅੱਜ ਸਲਾਮ ਦੇ ਰਹੇ ਆ ਪੁੱਲਾਂ 'ਚ ਸ਼ਰੀਕ ਹੈਗੇ ਆ? ਬਿਲਕੁਲ ਹੈਗੇ ਆ, ਉਹਨਾਂ ਨੂੰ ਪਤਾ ਹੋਊਗਾ, ਉਹ ਸਾਹਮਣੇ ਬੈਠ ਕੇ ਦੱਸਣਗੇ ਨਹੀਂ ਹੈਗੇ। ਚਲੋ, ਮੈਂ ਪੁੱਲਾਂ ਨਹੀਂ ਪੁੱਛਦਾ ਤੁਹਾਡੇ ਤੋਂ, ਕਿਉਂਕਿ ਉੱਥੇ ਪੁੱਲਾਂ ਤੋਂ ਦੱਸਣੀਆਂ ਨਹੀਂ, ਮੈਂ ਪੁੱਛੂੰਗਾ ਜ਼ਰੂਰ ਫਿਰ ਵਾਪਸ ਆ ਕੇ। ਚਲੋ ਤੁਸੀਂ ਜੀ, ਇੱਕ ਪੱਤਰਕਾਰ ਜਦੋਂ ਸੋਚਦਾ ਕਿ ਇਹ ਪੁੱਲਾਂ ਦੀ ਮਾਫ਼ੀ ਉੱਥੇ ਮੰਗੀ ਗਈ ਹੈਗੀ ਹੈ, ਇੱਕ ਪੱਤਰਕਾਰ ਦੇ ਨਜ਼ਰੀਏ ਤੋਂ ਇਸ ਨੂੰ ਧਰਮ ਦੀ ਰਾਜਨੀਤੀ ਤੋਂ ਵੱਖ ਕਰਕੇ ਵੇਖਿਆ ਜਾ ਸਕਦਾ ਜਾਂ ਨਹੀਂ? ਕਿਉਂਕਿ ਜੀ, ਦਰਅਸਲ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਾਫ਼ੀ ਸਮੇਂ ਤੋਂ ਬੜੇ ਵੱਡੇ ਸਿਆਸੀ ਸੰਕਟ 'ਚ ਫਸੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਉੱਪਰ ਪਹਿਲਾਂ ਤਾਂ ਐਲੀਗੇਸ਼ਨ ਲੱਗਦੇ ਸੀ ਜਿਵੇਂ ਵਿਰੋਧੀ ਪਾਰਟੀਆਂ ਬੋਰੀਆਂ 'ਤੇ ਰੇਤਾ ਖਾ ਗਏ, ਡਰੱਗ ਦਾ ਧੰਦਾ ਕਰਦੇ ਨੇ, ਵਪਾਰ ਸਾਰਿਆਂ 'ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਪਰ ਜਿਹੜਾ ਗੰਭੀਰ ਦੋਸ਼ ਇਹ ਲੱਗਾ ਸੀ ਵੀ ਸ਼੍ਰੋਮਣੀ ਕਮੇਟੀ ਆਪਣੀ ਅਕਾਲੀ ਦਲ ਨੇ ਸਮਝੌਤਾ ਕੀਤਾ ਡੇਰਾ ਸਿਰਸਾ ਦੇ ਮੁਖੀ ਨਾਲ ਵੋਟ ਰਾਜਨੀਤੀ ਤਹਿਤ। ਉਸ ਸਮਝੌਤੇ ਤਹਿਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਮਜਬੂਰ ਕਰਕੇ ਉਹਨੂੰ ਮੁਆਫ਼ੀ ਦਵਾਈ ਗਈ। ਜਦੋਂ ਮੁਆਫ਼ੀ ਦਵਾਈ ਤਾਂ ਸਿੱਖ ਸੰਗਤ ਨੇ ਇਹਦਾ ਵਿਆਪਕ ਪੱਧਰ 'ਤੇ ਵਿਰੋਧ ਕੀਤਾ ਅਤੇ ਫਿਰ ਅਕਾਲੀ ਦਲ ਨੂੰ, ਇਹ ਦੋਸ਼ ਦੀ ਗੱਲ ਕਰਦਾ, ਫਿਰ ਅਕਾਲੀ ਦਲ ਨੂੰ ਬੈਗੇਅਰ ਲਾ ਕੇ ਮੁਆਫ਼ੀ ਜਿਹੜੀ ਦਿੱਤੀ ਸੀ ਉਹਨੂੰ ਵਾਪਸ ਕਰਾਉਣਾ ਪਿਆ। ਉਸ ਤੋਂ ਵੀ ਗੰਭੀਰ ਦੋਸ਼ ਇਹ ਲੱਗਾ ਵੀ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਬੇਦਬੀਆਂ ਹੋਈਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਉਹਦੇ 'ਚ ਸਭ ਤੋਂ ਵੱਡਾ ਰੋਲ ਸਿਰਸਾ ਦੇ ਲੋਕਾਂ ਦਾ ਹੈ, ਪ੍ਰੇਮੀਆਂ ਦਾ, ਔਰ ਉਹਦੇ ਸੰਬੰਧ 'ਚ ਕਾਫ਼ੀ ਪ੍ਰੇਮੀ ਗ੍ਰਿਫਤਾਰ ਵੀ ਕੀਤੇ ਆ। ਫਿਰ ਇਹ ਕੁਸ਼ਚਨ ਖੜ੍ਹਾ ਹੋ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਜਿਹੜਾ 1.5-2 ਸਾਲ ਉਹਦੇ ਕੋਲ ਸੀ ਆਪਣੀ ਸਰਕਾਰ ਦੌਰਾਨ ਪ੍ਰੇਮੀਆਂ ਨੂੰ ਬਚਾਉਂਦੀ ਰਹੀ ਵੋਟ ਰਾਜਨੀਤੀ ਤਹਿਤ। ਇਹ ਬਹੁਤ ਗੰਭੀਰ ਦੋਸ਼ ਹੈ ਔਰ ਇਹਦੇ ਕਰਕੇ ਹੀ ਆ ਜਿਹੜਾ ਅੱਜ ਉੱਠਿਆ ਆ ਇਨਸਾਫ ਮੋਰਚਾ ਜਾਂ ਵਿਆਪਕ ਪੱਧਰ 'ਤੇ ਅਕਾਲੀ ਦਲ ਔਰ ਖਾਸ ਕਰਕੇ ਬਾਦਲ ਪਰਿਵਾਰ 'ਤੇ ਐਲੀਗੇਸ਼ਨ ਲੱਗਦੇ ਸੀ ਵੀ ਇਹਨਾਂ ਨੇ ਆਪਣੀ ਵੋਟ ਰਾਜਨੀਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਦਾਅ 'ਤੇ ਲਾ ਦਿੱਤਾ। ਸੋ ਇਸ ਸੰਕਟ ਤੋਂ ਨਿਕਲਣ ਲਈ ਬਹੁਤ ਯਤਨ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ, ਕਾਫ਼ੀ ਯਤਨ ਕਰ ਰਹੇ ਸੀ। ਰਣਜੀਤ ਸਿੰਘ ਦੀ ਰਿਪੋਰਟ ਬਾਰੇ ਵੀ ਕਾਫ਼ੀ ਚਰਚਾ ਸੀ। ਇਹ ਮੇਰੀ ਸਮਝ ਤੋਂ ਬਾਹਰ ਆ ਬਤੌਰ ਜਰਨਲਿਸਟ ਵੀ ਕਿਹੜੇ ਸਲਾਹ ਤੁਹਾਡੀ ਸਮਝ ਤੋਂ ਬਾਹਰ ਆ, ਮੈਂ ਸਵਾਲ ਤੁਹਾਨੂੰ ਸਵਾਲ ਸੌਖਾ ਕਰ ਦਿੰਦਾ। ਜੀ ਜੀ ਜੀ, ਇਹ ਡੇਰਾ ਮੁਖੀ ਦੀ ਮਾਫ਼ੀਨਾਮੇ ਦੇ ਬਦਲੇ ਮਾਫ਼ੀ ਮੰਗੀ ਗਈ? ਮੈਂ ਉਹੀ ਕਹਿ ਰਿਹਾ ਵੀ ਇਹ ਜਿਹੜੇ ਗੰਭੀਰ ਸੰਕਟ ਸੀ ਇਹ ਬਹੁਤ ਯਤਨ ਕੀਤੇ ਸੁਖਬੀਰ। ਮੈਨੂੰ ਲੱਗਦਾ ਤਰਲੋ ਸਿੰਘ ਜੀ, ਮੈਨੂੰ ਲੱਗਦਾ ਕਿ ਜੇ ਉਸ ਮਾਫ਼ੀ ਦਾ ਮੈਂ ਜ਼ਿਕਰ ਹੋ ਜਾਵਾਂ, ਮੈਨੂੰ ਲੱਗਦਾ ਜਿਹੜੇ ਗੰਭੀਰ ਸੰਕਟ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਸਾਰੇ ਕਵਰ ਹੋ ਰਹੇ ਆ। ਨਹੀਂ, ਮੈਂ ਸਮਝ ਰਿਹਾ ਉਹ, ਮੈਂ ਇਹੀ ਕਹਿ ਰਿਹਾ ਵੀ ਉਹ ਬੜਾ ਗੰਭੀਰ ਸੰਕਟ ਸੀ। ਮੈਂ ਜਿਹੜੀ ਅਗਲੀ ਘਰ ਕਹਿ ਰਿਹਾ ਵੀ ਮੇਰੀ ਸਮਝ ਤੋਂ ਬਾਹਰ ਆ ਵੀ ਕਿਹੜੇ ਸਲਾਹਕਾਰ ਨੇ ਇਹਨਾਂ ਨੂੰ ਸਲਾਹ ਦਿੱਤੀ ਹੈ ਵੀ ਤੁਸੀਂ ਸਾਰਾ ਅਕਾਲੀ ਦਲ ਉੱਥੇ ਜਾ ਕੇ ਭਾਂਡੇ ਸਾਫ਼ ਕਰੋ ਜਾਂ ਭੁੱਲਾਂ ਬਖਸ਼ਾਓ। ਉਹਦੇ ਤੋਂ ਹੁਣ ਪ੍ਰਭਾਵ KPG ਇਹ ਜਾ ਰਿਹਾ ਵੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ, ਸ਼ਾਇਦ ਬਾਦਲ, ਦੋਨਾਂ ਬਾਦਲਾਂ ਨੇ
ਇਹ ਜਿਹੜਾ ਇਕਬਾਲ ਕਰ ਲਿਆ ਵੀ ਅਸੀਂ ਸਾਰੀਆਂ ਗਲਤੀਆਂ ਕੀਤੀਆਂ ਸੀ ਤਾਂ ਅਸੀਂ ਭੁੱਲ ਬਖਸ਼ਾਉਣ ਗਏ। ਠੀਕ ਹੈ, ਇੱਕ ਛੋਟਾ ਵਕਫਾ ਲਵਾਂਗੇ, ਉਸ ਤੋਂ ਬਾਅਦ ਵਾਪਸ ਆਵਾਂਗੇ। ਇੱਕ ਚਰਚਾ ਵੀ ਉੱਠ ਰਹੀ ਆ ਕਿ ਇਕੱਲੇ ਬਾਦਲ ਪਰਿਵਾਰ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਸੀ, ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ ਸੀਗੀ। ਇਸ ਚਰਚਾ ਦੇ ਵਿੱਚੋਂ ਕਿਉਂ ਸਿਆਸਤ ਦੀ ਬਦਬੂ ਆਉਂਦੀ ਹੈ ਜਾਂ ਅਸਲ ਵਿੱਚ ਸੱਚ ਇਹੀ ਹੈਗਾ, ਬ੍ਰੇਕ ਤੋਂ ਵਾਪਸ ਆ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀਆਂ ਭੁੱਲਾਂ ਕਿਸ ਤੋਂ ਮਾਫ਼ੀ ਮਕਸਦ ਕੀ ਹੈ। ਸਵਾਲ ਇੱਕ ਪੁੱਛ ਰਿਹਾ ਸੀ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਿਹੜੀਆਂ ਭੁੱਲਾਂ ਦੇ ਸਵਾਲ ਤੇ ਬੋਲਦੀ ਨਹੀਂ ਪਈ। ਡਾਕਟਰ ਤਾਰਾ ਸੰਧੂ, ਤੁਸੀਂ ਇਸ ਸਾਰੇ ਮਾਮਲੇ ਨੂੰ ਡਰਾਮਾ ਕਿਉਂ ਕਰਾਰ ਦੇ ਰਹੇ ਹੋ? ਕੇਪੀ ਜੀ, ਜਦੋਂ ਵੀ ਕੋਈ ਮਨੁੱਖ ਆਪਣੀ ਭੁੱਲ ਬਖਸ਼ਾਉਂਦਾ ਤਾਂ ਸਭ ਤੋਂ ਪਹਿਲਾਂ ਲਕਾਈ ਨੂੰ ਪਤਾ ਹੁੰਦਾ ਵੀ ਇਹਨੇ ਕੀ ਭੁੱਲ ਕੀਤੀ ਹੈ, ਅਤੇ ਉਹ ਆਪ ਗੁਰੂ ਦੇ ਸਾਹਮਣੇ ਆਪਦੀ ਭੁੱਲ ਨੂੰ ਅੱਗੇ ਰੱਖਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਉਦੋਂ ਪਤਾ ਸੀ, ਉਹਨਾਂ ਨੇ ਵੀ ਕਿਹਾ ਵੀ ਮੇਰੀ ਆਹ ਗਲਤੀ ਹੈ। ਸੁਰਜੀਤ ਸਿੰਘ ਬਰਨਾਲਾ ਨੂੰ ਜਦੋਂ ਥਮਲੇ ਨਾਲ ਬੰਨਿਆ ਉਦੋਂ ਵੀ ਪਤਾ ਸੀਗਾ ਵੀ ਇਹ ਆਹ ਗਲਤੀ ਕੀਤੀ ਹੈ, ਉਹਨੇ ਮਾਫ਼ੀ ਮੰਗੀ ਉਸ ਗੱਲ ਦੀ। ਜਦੋਂ ਕਦੇ ਵੀ ਈਵਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੋ ਵਾਰ ਸਿੱਖਾਂ ਨੇ ਜਿਹੜਾ ਹੈਗਾ ਮਤਲਬ ਸਜ਼ਾ ਲਾਈ ਸੀਗੀ, ਅਤੇ ਉਹ ਵੀ ਸੀ ਵੀ ਕਿਹੜੀ ਕਿਹੜੀ ਗੱਲ ਤੋਂ ਪਤਾ ਲੱਗਾ। ਅੱਜ ਪਹਿਲੀ ਵਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਿਸਟਰੀ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੀ ਹਿਸਟਰੀ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੈ ਕਿ ਤੁਸੀਂ ਤਿੰਨ ਦਿਨ ਜਿਹੜੇ ਆ ਸ਼੍ਰੀ ਹਰਿਮੰਦਰ ਸਾਹਿਬ 'ਚ ਬੈਠੇ ਹੈ ਅਤੇ ਇਹ ਨਹੀਂ ਦੱਸਣ ਨੂੰ ਤਿਆਰ ਵੀ ਸਾਡੇ ਤੋਂ ਗਲਤੀਆਂ ਕੀ ਹੋਈਆਂ। ਜਾਂ ਤਾਂ ਦੱਸੋ ਕਿ ਜਿਹੜੀ ਪੰਜਾਬ ਦੇ ਵਿੱਚ ਰਾਜਸੀ ਕਤਲਾਂ ਦੀ ਸ਼ੁਰੂਆਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਜਿਹੜੇ ਆ 82 ਨਕਸਲੀਏ ਮਾਰੇ ਗਏ, ਤੁਸੀਂ ਉਹਨਾਂ ਦੀ ਮਾਫ਼ੀ ਮੰਗ ਰਹੇ ਹੈ ਕਿ ਪੰਜਾਬ ਨੂੰ ਨਸ਼ੇ ਦੀ ਤਬਾਹੀ 'ਚ ਮਾਰ ਲਈ ਜਾਂ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਲਈ ਜਾਂ ਪੰਜਾਬ ਦੀ ਗੱਲ ਕਰ ਰਹੇ ਹੋ? ਕਿਹੜੇ ਵੇਲੇ ਦੀ? 67 ਤੋਂ ਬਾਅਦ? ਇਹ 10 ਸਾਲ ਦੀ ਗੱਲ ਕਰ ਰਹੇ ਹੋ? 10 ਸਾਲ ਉਹਨਾਂ ਨੇ ਦੱਸਿਆ ਨਹੀਂ, ਬਾਦਲ ਪਰ ਬਾਦਲ 10 ਸਾਲ ਗਿਣ ਕੇ ਦੱਸਿਆ ਬਾਦਲ ਪਰਿਵਾਰ ਤਾਂ, ਜੇ ਤੁਸੀਂ ਸਾਰੇ ਗਨੋਣੇ ਹੈਗੇ ਫਿਰ ਤਾਂ ਤੁਹਾਡਾ ਹੀ ਵਿੱਚ ਆ ਜਾਊਗਾ। ਉਹਨੇ 10 ਸਾਲ ਬੋਲਣਾ ਹੀ ਨਹੀਂ ਇਹਨਾਂ ਦਾ, ਜਦੋਂ ਸਾਡੇ ਤੇ ਡਿਬੇਟ ਵਿੱਚ ਕਰ ਲਿਓ ਉਹਦੇ ਤੇ, ਉਹਨੇ 10 ਸਾਲ ਦੱਸਿਆ ਤੁਹਾਨੂੰ ਡਰਾਮਾ ਲੱਗਦਾ? ਬਿਲਕੁਲ ਡਰਾਮਾ, ਜਦੋਂ ਤੇ ਇਹ ਕਿਉਂ ਨਹੀਂ ਦੱਸਣ ਨੂੰ ਤਿਆਰ ਵੀ ਅਸੀਂ ਇੱਥੇ ਮਾਫੀ ਮੰਗਣ ਕਾਹਦੇ ਲਈ ਆਏ ਆ? ਠੀਕ ਹੈ, ਤੁਸੀਂ ਲੋਕ ਬੁੱਕਲ 'ਚ ਲੱਡੂ ਕਿਉਂ ਭੋਰਦੇ? ਗਵਿੰਦਰ ਮਿੱਤਲ, ਤੁਸੀਂ ਵੀ ਡਰਾਮਾ ਕਹਿ ਰਹੇ ਹੋ? ਦੇਖੋ ਕੇਪੀ ਸਿੰਘ, ਬਿਲਕੁਲ ਆਮ ਆਦਮੀ ਪਾਰਟੀ ਜਿਹੜਾ ਇਹ ਬਾਦਲ ਸਾਹਿਬ ਨੇ ਜੋ 3 ਦਿਨਾਂ 'ਚ ਕੀਤਾ ਇਹ ਬਿਲਕੁਲ ਇਹਨੂੰ ਡਰਾਮਾ ਮੰਨਦੀ ਆ। ਇਹ ਮੈਨੂੰ ਦੇਖ ਕੇ ਇੱਕ ਸ਼ੇਅਰ ਯਾਦ ਆ ਗਿਆ, ਕਹਿੰਦੇ ਜਲਾ ਕੇ ਬਸਤੀਆਂ ਹਿਫਾਜ਼ਤ ਕੀ ਬਾਤ ਕਰਤੇ ਹੈ, ਸਫੈਦ ਫੌਜ ਤੋਂ ਬਸ ਸਿਆਸਤ ਕੀ ਬਾਤ ਕਰਤੇ ਹੈ। ਇਹ ਸਿਆਸਤ ਜਿਹੜੀ ਹੋ ਰਹੀ ਹੈ, ਸਿਆਸਤ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਬੁਲਾਰੇ ਨੇ ਵੀ ਇੱਥੇ ਮੰਨਿਆ ਕਿ ਲੋਕ ਚਾਹੁੰਦੇ ਸੀ ਤਾਂ ਅਸੀਂ ਮਾਫ਼ੀ ਮੰਗੀ ਆ, ਮਤਲਬ ਇਹਨਾਂ ਨੂੰ ਜੋ ਪਿੱਛੇ ਹੋਇਆ ਉਹਦਾ ਕੋਈ ਪਛਤਾਪ ਨਹੀਂ। ਇੱਕ ਸਿਆਸੀ ਡਰਾਮਾ, ਪੋਲੀਟੀਕਲ ਡਰਾਮਾ ਰਚਿਆ ਗਿਆ, ਪਰ ਉਹ ਡਰਾਮੇ ਦੇ ਵਿੱਚ ਵੀ ਫੇਲ ਹੋ ਚੁੱਕੇ ਨੇ। ਫੇਲ ਕਿਉਂ ਚੁੱਕੇ ਨੇ? ਜਿਵੇਂ ਵੀ ਭੱਠਲ ਵੀ ਕਹਿ ਰਹੇ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਬੂਟ ਪਾਲਿਸ਼ ਕਰ ਰਹੇ ਨੇ ਸਪੋਰਟਸ ਸ਼ੂ ਉਹਨਾਂ ਦੀ ਫੋਟੋ ਪੂਰੀ ਵਾਇਰਲ ਹੋਈ ਆ ਲੋਕਾਂ ਦਾ, ਉਹ ਮਜ਼ਾਕ ਦਾ ਪਾਤਰ ਬਣੇ ਨੇ। ਦੂਜੀ ਗੱਲ, ਜੇ ਉਹਨਾਂ ਦੇ ਜਿਹੜੇ ਬਾਡੀਗਾਰਡ ਸੀਗੇ ਉਹ ਲੰਗਰ ਹਾਲ ਦੇ ਵਿੱਚ ਜੁੱਤਿਆਂ ਸਮੇਤ ਚਲੇ ਗਏ, ਉੱਥੋਂ ਜੋ ਸੰਗਤ ਨੇ ਵਿਰੋਧ ਕੀਤਾ ਫਿਰ ਉਹ ਬਾਹਰ ਆਏ ਨੇ। ਤੀਜੀ ਗੱਲ, ਹੁਣ ਦੇਖੋ ਉਹ ਮੁਨਸਬ ਵੀ ਆਪ ਅਤੇ ਉਹ ਮੁਜਰਮ ਵੀ ਆਪ, ਨਾ ਤਾਂ ਉਹਨਾਂ ਨੂੰ ਸਜ਼ਾ ਦਾ ਪਤਾ ਵੀ ਅਸੀਂ ਸਜ਼ਾ ਕੀ ਦੇਣੀ ਆ, ਸਾਡਾ ਜੁਰਮ ਕੀ ਆ ਉਹ ਨਹੀਂ ਦੱਸ ਰਹੇ, ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਤਲਬ ਨਹੀਂ ਕੀਤਾ, ਉਹ ਫਿਰ ਸਜ਼ਾ ਕਿਹਨੇ ਨਿਰਧਾਰਤ ਕਰਤੀ? ਕਹਿੰਦੇ ਤੁਸੀਂ ਹਿਸਟਰੀ ਦੇ ਵਿੱਚ ਸੁਣਿਆ ਕਿ ਜਿਹੜਾ ਦੋਸ਼ੀ ਆ ਉਹ ਖੁਦ ਆਪਣੇ ਆਪ ਨੂੰ ਕੋਈ ਸਜ਼ਾ ਦੇ ਲਵੇ ਕਿ ਮੇਰੀ ਸਜ਼ਾ ਇਹ ਹੋਣੀ ਚਾਹੀਦੀ ਆ? ਉਹਨਾਂ ਨੇ ਆਪ ਹੀ ਆਪਣੀ ਸਜ਼ਾ ਨਿਰਧਾਰਤ ਕੀਤੀ। ਅਸੀਂ ਨਿਮਾਣੇ ਸਿੱਖ ਬਣ ਕੇ ਗਏ ਸੀ? ਨਹੀਂ, ਨਿਮਾਣੇ ਸਿੱਖ ਨੂੰ ਤਾਂ 10-10 ਸਾਲ ਉੱਥੇ ਖੰਡ ਪਾਠ ਕਰਾਉਣ ਦਾ ਟਾਈਮ ਨਹੀਂ ਮਿਲਦਾ। ਸਰਦਾਰ ਸੁਖਵੀਰ ਸਿੰਘ ਬਾਦਲ ਨੇ, ਇਹ ਬੜਾ ਇੰਪੋਰਟੈਂਟ ਸਵਾਲ ਹੈ, ਸ਼੍ਰੋਮਣੀ ਕਮੇਟੀ ਦਾ ਜਿਹੜਾ ਰੋਲ ਹੈ ਉਹ ਬੜਾ ਇੱਥੇ ਮਤਲਬ ਨਿੰਦਣਯੋਗ ਆ ਕਿ ਉਹਨਾਂ ਨੂੰ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਉੱਥੇ ਗਏ ਨੇ ਉਹਨਾਂ ਨੂੰ ਖੰਡ ਪਾਠ ਕਰਾਉਣ ਦਾ ਟਾਈਮ 3 ਦਿਨਾਂ 'ਚ ਕਿਵੇਂ ਮਿਲ ਗਿਆ? ਠੀਕ ਹੈ ਡਾਕਟਰ ਉਦਾਸ ਸਿੰਘ, ਚਲੋ ਇਹ ਇਲਜ਼ਾਮ ਬੜਾ ਲੱਗ ਰਿਹਾ, ਇਹ ਵੀ ਸੋਸ਼ਲ ਮੀਡੀਆ 'ਤੇ ਬੜਾ ਵਾਇਰਲ ਹੋ ਰਿਹਾ, ਮੈਂ ਉਹ ਸਾਰੇ ਸਵਾਲ ਵੀ ਲਊਂਗਾ ਜਿਹੜੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ। ਇੱਕ ਤਾਂ ਆਪੇ ਵਕੀਲ ਆਪੇ ਜੱਜ ਕਿਵੇਂ ਬਣ ਕੇ, ਇੱਕ ਸਵਾਲ ਇਹ ਹੈਗਾ ਕਿ ਉਹਨਾਂ ਨੂੰ ਉੱਥੇ ਅਖੰਡ ਪਾਠ ਰੱਖਣ ਦਾ ਟਾਈਮ ਇੰਨੀ ਜਲਦੀ ਕਿਉਂ ਮਿਲ ਗਿਆ? ਲੋਕਾਂ 'ਚ 3 ਸਾਲ ਵਾਰੀ ਨਹੀਂ ਆਉਂਦੀ। ਤੁਸੀਂ ਮੈਨੂੰ ਕੁਐਸਚਨ ਬਿਲਕੁਲ ਢਿੱਲੋ, ਦੇਖੋ ਉਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ, ਇਹਦਾ ਬੜਾ ਸਿੰਪਲ ਆਨਸਰ ਆ, ਸਾਰਾ ਕੰਟਰੋਲ ਬਾਦਲਾਂ ਦੇ ਕੋਲ ਆ, ਤੋ ਜਿਸ ਤਰੀਕੇ ਨਾਲ ਉਹ ਦੇਸ਼ ਦੇਣਗੇ ਜੋ ਚਾਹੁਣਗੇ ਉਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ, ਹੀ ਵਿਲ ਡਾਂਸ ਔਨ ਹਿਸ ਔਨ ਦੇ ਟਿਊਨਸ। ਇੱਥੇ ਜਿਹੜੀ ਇੰਪੋਰਟੈਂਟ ਗੱਲ ਆ, ਇਹ ਗੱਲ ਕਹੀ ਜਾਂਦੀ ਆ ਕਿ ਜਾਣੇ ਉਬਲੀਗ ਅਣਜਾਣੇ, ਤਾਂ ਇਸ ਨੂੰ ਤੁਸੀਂ ਤੋੜ ਕੇ ਦੇਖੋਗੇ ਤਾਂ ਸਾਫ਼ ਨਜ਼ਰ ਆਏਗੀ ਵੀ ਜਾਣ ਬੁੱਝ ਕੇ ਗਲਤੀਆਂ ਹੋਈਆਂ। ਜਾਣੇ ਤੋਂ ਮਤਲਬ ਜਾਣ ਬੁੱਝ ਹੀ ਆ, ਇਫ ਆਈ ਐਮ ਰੋਂਗ ਪਲੀਜ਼ ਕਰੈਕਟ ਮੀ ਔਨ ਦੈਟ ਪੁਆਇੰਟ। ਜਾਣ ਬੁੱਝ ਕੇ ਗਲਤੀਆਂ ਕੀਤੀਆਂ ਗਈਆਂ, ਗਲਤੀਆਂ ਦੇਖੋ ਕਿ ਰਿਸ਼ਵਤ ਕੋਈ ਗਲਤੀ ਥੋੜ੍ਹੀ ਹੁੰਦੀ ਹੈ, ਉਹ ਤਾਂ ਜਾਣ ਕੇ ਕੀਤੀ ਜਾਂਦੀ ਹੈ। ਲੈ ਵੀ ਮੈਨੂੰ ਇੰਨਾ ਪੈਸਾ ਦੇ ਦੇ, ਲੈ ਵੀ ਮੈਂ ਇਹਦੀ ਇੰਨੀ ਪ੍ਰੋਪਰਟੀ ਦੱਬ ਲਾਂ, ਲੈ ਵੀ ਮੈਂ ਐਡੇ ਬੜੇ ਮਹਿਲ ਬਣਾ ਲਾਂ, ਐਡੇ ਬੜੇ ਹੋਟਲ ਬਣਾ ਲਾਂ, ਐਡੀ ਬੜੀ ਟਰਾਂਸਪੋਰਟ ਬਣਾ ਲਾਂ, 850 ਬੱਸਾਂ ਜਿਸ ਦੀਆਂ ਚੱਲਦੀਆਂ, ਇਹ ਜਾਣ ਕੇ ਕੀਤੀਆਂ ਗਈਆਂ।
कि अज 2.5 लाख करोड़ के कर्जे च पंजाब हर बच्चा जिहड़ा जम रहा पंजाब दे विच कर्जा सिर दे उत्ते लैके जम रहा किड्डी त्रासदी किड्डी दुखांत वाली गल हर जिहड़ा बंदा मर रहा पंजाब दे विच ओह कर्जा लैके मर रहा किड्डा एक तुसी एक नंबर दे उत्ते सी 1966 दे विच अज तुसी मैं 21वें नंबर दे उत्ते आ गए इन एवरी रिस्पैक्ट चाहे एजुकेशन का लै लो इंडस्ट्री का लै लो हैल्थ का लै लो होर इकोनमी का लै लो मतलब चारे पासे नेरगर्दी आ गई और ए एड्डी बड़ी त्रासदी है एड्डी बड़ी ट्रेजेडी है कले बादलां दा कसूर है बादलां ने 5 वेरी राज कीता 10 साल लगातार राज कीता और जिहड़ा पिछला 10 साल दा राज आ उह नेरगर्दी है टोटली ये समझदे सी वी असीं परमानेंटली पंजाब दी सियासत दे उत्ते छाए रहांगे इस किस्म की इन्हों दिमाग दे विच ये चीज़ इमेज जावड़िया सी और मैं इत्थे खास तौर पर दसना चाहुंदा कि सुखबीर सिंह बादल दी ईदर अंडर द इनफ्लुएंस ऑफ सैफरन पार्टी या किसी होर इनफ्लुएंस करके आई डू नॉट नो उसकी टोटल इंटेंशन सी कि सिख इथॉस नू टोटली खत्म कर दिए सिखा की जिहड़ी ट्रेडिशन आ उसनू टोटली डिमोलिश कर दिए और उसने ये सारी चीज़ कॉन्शियसली की है किसी जगह किसी बंदे ने कहा किसी मौके दे उत्ते कि भाई ये तुसी हुण सिखां दा भी पॉइंट ऑफ व्यू लै लो थोड़ा इस दे नाल बदनामी हो रही है तो सुखबीर सिंह बादल ने यह गल कही यही तो मैं मिटाउणी चाहुंदा तो इस किस्म की जो इंटेंशन होएगी तो थोड़े एक्शन ऑटोमैटिकली उस डायरेक्शन नू जाणगे इन्हां दी सोच इन्हां दी विचार मैं एक गल कहना मैं दावे नाल कहना थोड़े सामने थोड़े स्रोतियां नू भी 5 कम चंगे दस दिन 5 वेरी राज कीता सरदार प्रकाश सिंह बादल ने 5 कम दस देने जिन्होंने लोक हित लई कीते होण पंजाब लई कीते होण गरीबां लई कीते होण निहत्थे लोगों लई कीते होण जिहड़े लतड़े हुए लोगों नू और इत्थों तक पंजाब नू मंगता बनाता लो जी दाल रोटी लो जी तुसी आह जी तुसी शगन लो जी तुसी अपने घर मकान पक्के करने वह लो जी मकाना ते सफेदी करनी वह लो जी बिजली का लो जी और गुरु ने तो थोनू किरत दिती सैल्फ रिस्पैक्ट दिती डिग्निटी दी ह्यूमन डिग्निटी दी वह सारी की सारी चीज़ तुसी मलिया मेट करके किरत दिती सी ऑनरेबल किरत दिती सी जिहड़ा हुण लांघा खुल रहा जिस जगह गुरु ने अपने 20 साल बिताए है उत्थे की कीता उत्थे गुरु ने सब तो पहला स्ट्रैस दिता किरत करन दे उत्ते फिर दिता वंड छकन दे उत्ते सब तो तीसरा स्ट्रैस है नाम जपन दे उत्ते तो इस बंदे ने की कीता तबाही लिया दिती बर्बादी लिया दिती अज पंजाब दे विच की है जी मायूसी है टोटली मायूसी है लोगों को कोई राह नज़र नहीं आती लोग तड़फते फिरते कदे तो उत्थे चले गए हा आ फलाने मोर्चे दे उत्थे उत्थे मंड उन्होंने मगर की लैवल है मंड उन्होंने भी तो यह सारी की सारी जिहड़ी करतूत है उसलिए जिम्मेवार है सरदार प्रकाश सिंह बादल ते उहदा परिवार तलोचन जी एक सवाल यह भी किया जा रहा कि यह पश्चाताप तो ज़्यादा प्रचार ज़्यादा लगता पे इस सवाल का जवाब है कोई के पी जी एक गल क्लीयर हो जाओ स्पष्ट हो जाओ ये श्रोमणी अकाली दल का संकट चो निकलने लिए एक सियासी पैंतड़ा सी वह पैंतड़े लिए उन्होंने सियासत भी करनी उस पैंतड़े लिए उन्होंने प्रचार भी करना है कुदरती प्रचार होना भी सी देखो कितनी वड्डी गल है प्रचार तो नहीं कर रहे नहीं आपां प्रचार नहीं कर रहे अं हाँ। पड़चोल कर रहे हैं अं दस रहे हैं भी क्यों होया ठीक है देखो कितनी वड्डी गल है जेडे 5 वारी पंजाब के मुख्यमंत्री बने हुण जिन्हों लोगों ने अपने सिर मत्थे ते बिठाया होवे 5 वारी छोटी गल नहीं गई मतलब 5 वारी रिपीट करन दा मतलब ये पंजाब दे लोकां दा अथाह विश्वास सी प्रकाश सिंह बादल होणा दे और उन्हां नू 3 दिन उत्थे बैठ के मन्ना पवे भी मेरे कोलों गलतियां होईयां ने उन्हां दीआं भुल्लां बख्शाउण लई आया सो इस करके ये एक सियासी पैंतड़ा से अकाली दल का ये कोई धार्मिक मामला कुछ नहीं सी हैगा हाँ तो उन्होंने पूर्ति लिए इन्होंने काम किया मैं पहलों कह चुका पर मैनू लगता भी यह पैंतड़ा जरा सीधा नहीं पुठा पै रहा पुठा पै गया अमृत धारनी पैंतड़ा पुठा पै गया 5 कम दस दो 5 वारी तुहाडी सरकार रही है डॉक्टर लो सवाल कर रहे 5 कम दस दो जिहड़े तुसीं कीते देखो मैं सारे ही जवाब जिहड़े हैगे आ बार बार कल कल दे देना डॉक्टर तारा सिंह संधु बोले है उस तो पहला बीबी पठल बोल रही है देखो सब तो बड़ा बजर गनाह इन्हों का करिया वा अकाल तख्त नूं टाटेरी करना अकाल तख्त ते हमला करना हरमंदर साहब तुसीं उन्हां दी माफी मंग रहे सीगे तारनी साहब आपां डिबेट नूं पासे लै जावांगे देखो मेरी मैं पासे नहीं लिजाण दूंगा मैं पासे नहीं लिजाण दूंगा मैं बड़ा क्लीयर तुहानूं कर दूंगा तारनी साहब मैं सवाल जे तुसीं उन्हां सारे सवालां जवाब देने मेरे एक सवाल का जवाब दो सारे सवालों का जवाब आ जाएंगे तुसीं भुल्लां दस दो कड़ियां भुल्लां बख्शाउण गए देखो फिर उही गल करदे आ तुसीं के पी जी
मैं थोनू एक गल क्लीयर कर देवा कि भुला बख्शाउण दा मतलब कोई सियासी मतलब साडा है ही नहीं सी ते भुला कीड़ियां कीतियां सियासत दा 10 साल कीती ना लोकां ते सियासत कीती है ओ लोग पुछ रहे है मैं लोकां वालों पुछ रहा मैं आप नहीं पुछ रहा लोकां वालों पुछ रहा ओ लोग कहंदे 10 साल तुसी साडे ते राज कीता है सानू दस दो भुला कीड़ियां कीतियां सी सानू पता लग जे मैं ओही गल करदा कि असी कोई सियासी तौर ते उत्थे नहीं गए कि भुला बख्शाउण ਅਸੀਂ ਤਾਂ ਇੱਕ ਧਾਰਮਿਕ ਤੌਰ ਤੇ ਧਾਰਮਿਕ ਸਾਡਾ ਸਮਾਗਮ ਸੀ 10 ਸਾਲ ਤੁਸੀਂ ਧਾਰਮਿਕ ਤੌਰ ਤੇ ਉੱਥੇ 10 ਸਾਲ ਤੁਸੀਂ ਧਾਰਮਿਕ ਸੇਵਾ ਨਹੀਂ ਕੀਤੀ ਪੰਜਾਬ 'ਚ ਤੁਸੀਂ 10 ਸਾਲ ਸਪੈਸੀਫਿਕ ਕੀਤਾ 10 ਸਾਲ ਦੀਆਂ ਪੁੱਲਾਂ ਬਖਸ਼ਾਉਣ ਗਏ ਆ ਤੇ 10 ਸਾਲ ਦੀਆਂ ਪੁੱਲਾਂ ਬਖਸ਼ਾਉਣ ਗਏ ਹੋ ਤੇ 10 ਸਾਲ ਤੁਹਾਨੂੰ ਰਾਜ ਵੋਟਰਾਂ ਨੇ ਦਿੱਤਾ ਪੰਜਾਬ ਦੀ ਜਨਤਾ ਨੇ ਦਿੱਤਾ ਧਾਰਨੀ ਸਾਹਿਬ ਕੇਪੀ ਜੀ ਇੱਕ ਸਵਾਲ ਇਹਨਾਂ ਦਾ ਗੋਵਿੰਦਰ ਜੀ ਦਾ ਸੀ ਕਿ ਆਪੇ ਜੱਜ ਆਪ ਹੀ ਦੋਸ਼ੀ ਮੈਂ ਉਸ ਦਾ ਹੀ ਜਵਾਬ ਦਿੰਦਾ ਤੇ ਨਾ ਹੀ ਅਸੀਂ ਕੋਈ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਆਪਣੇ ਆਪ ਨੂੰ ਸਮਰਪਿਤ ਕਰਿਆ ਵੀ ਅਸਾਂ ਤੋਂ ਆਹ ਭੁੱਲਾਂ ਹੋਈਆਂ ਅਸੀਂ ਤਾਂ ਤੁਹਾਨੂੰ ਤਾਂ ਗੜਾਈ ਹੈ ਨਾ ਵੀ ਆਪ ਜੇ ਅਸੀਂ ਅਕਾਲ ਤਖਤ 'ਤੇ ਜਾ ਕੇ ਗੱਲ ਕਹੀ ਹੋਵੇ ਅਸੀਂ ਤਾਂ ਇੱਕ ਉੱਥੇ ਅਖੰਡ ਪਾਠ ਸਾਹਿਬ ਪ੍ਰਭ ਕਰਾਇਆ ਔਰ ਉਹ ਕਰਾ ਕੇ ਅਸੀਂ ਗੁਰੂ ਦੇ ਅੱਗੇ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਮਾਫ਼ੀ ਮੰਗੀ ਆ ਕਿ ਸੱਚੇ ਪਾਤਸ਼ਾਹ ਉਹ ਵੀ ਮੰਗਿਆ ਜਾਣੇ ਅਣਜਾਣੇ 'ਚ ਜਿਹੜੀਆਂ ਗਲਤੀਆਂ ਹੋਈਆਂ ਉਹ ਵੀ ਸੱਚੇ ਪਾਤਸ਼ਾਹ ਸਾਡੀਆਂ ਦੂਰ ਕਰਿਓ ਸਾਨੂੰ ਕਿਸੇ ਨੇ ਸਜ਼ਾ ਨਹੀਂ ਲਾਈ ਅਸੀਂ 3 ਦਿਨ ਦੇ ਵਿੱਚ ਦੇਖੋ ਅਸੀਂ ਪਾਠ ਸੁਣਨ ਦੇ ਨਾਲ ਨਾਲ ਅਸੀਂ ਜਿਹੜੀ ਸੇਵਾ ਉੱਤੇ ਚਾਹੇ ਉਹ ਭਾਂਡਿਆਂ ਦੀ ਆ ਚਾਹੇ ਉਹ ਬੂਟਾਂ ਦੀ ਆ ਉਹ ਅਸੀਂ ਕਰੀ ਹੈਗੀ ਆ ਧਾਰਨੀ ਸਾਹਿਬ ਜਿਹੜੇ 10 ਸਾਲ ਪਿੱਛੇ ਤੁਸੀਂ ਕਾਊਂਟ ਕਰਦੇ ਹੋ ਇਹਦੇ 'ਚ ਬੀਬੀ ਹਰਸਿਮਰਤ ਕੌਰ ਦੇ ਕੇਂਦਰ ਦੇ 5 ਸਾਲ ਵੀ ਵਿੱਚ ਸ਼ਾਮਲ ਨੇ ਬੀਬੀ ਹਰਸਿਮਰਤ ਕੌਰ ਵੀ ਗਏ ਨੇ ਉੱਥੇ ਮੈਂ ਤਾਂ ਇਹ ਕਹਿੰਦਾ ਕੇਂਦਰ ਦੇ ਜਿਹੜੇ 5 ਸਾਲ ਵਜ਼ੀਰ ਰਹੇ ਨੇ ਉਹ ਵਿੱਚ ਸ਼ਾਮਲ ਨੇ ਦੇਖੋ ਬਾਹਰ ਮੈਂ ਦੱਸਦਾ ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਦੇ ਵੀ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਉਹ ਵੀ ਪਾਂਡੇ ਮਾਰਦੇ ਨੇ ਛੋਟਾ ਜਿਹਾ ਵਕਫਾ ਲੈਣਾ ਵਕਫੇ ਤੋਂ ਬਾਅਦ ਵਾਪਸ ਆਵਾਂਗੇ ਫਿਰ ਵਿਰੋਧੀਆਂ ਨੂੰ ਮਾਫੀ ਨੂੰ ਡਰਾਮਾ ਕਿਉਂ ਕਰਾਰ ਦੇ ਰਿਹਾ ਕਿਹਾ ਤੇ ਬਾਦਲ ਸਾਹਿਬ ਨੇ 8 ਤਰੀਕ ਨੂੰ ਕੀ ਕਿਹਾ ਸੀਗਾ ਤੇ 10 ਤਰੀਕ ਨੂੰ ਕੀ ਕਹਿੰਦੇ ਆ ਉਹ ਵੀ ਸੁਣਨਾ ਜ਼ਰੂਰੀ ਹੈਗਾ ਕਿਉਂਕਿ ਉਹਨਾਂ ਨੇ 8 ਤਰੀਕ ਨੂੰ ਕਿਹਾ ਸੀਗਾ ਸਾਰੇ ਸਵਾਲਾਂ ਜਵਾਬ ਦੇਵਾਂਗੇ 10 ਨੂੰ ਆ ਕੇ ਕੀ ਕਿਹਾ ਉਹ ਵੀ ਸੁਣ ਲਾਂਗੇ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਿਹੜੀਆਂ ਭੁੱਲਾਂ ਦੇ ਸਵਾਲ ਤੇ ਬੋਲਦੀ ਨਹੀਂ ਪਈ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 8 ਤਰੀਕ ਨੂੰ ਕੀ ਕਿਹਾ ਸੀ ਤੇ 10 ਨੂੰ ਕੀ ਕਿਹਾ ਪਹਿਲਾਂ ਉਹ ਸੁਣ ਲਈਏ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ ਕਿ 3 ਦਿਨ ਪਰਸੋਂ ਅਰਦਾਸ ਤੋਂ ਬਾਅਦ ਅਸੀਂ ਹਰ ਗੱਲ ਦਾ ਜਵਾਬ ਦੇਵਾਂਗੇ 2 ਦਿਨ 3 ਦਿਨ ਉਦੋਂ ਤੱਕ ਅਸੀਂ ਕੋਈ ਗੱਲ ਨਹੀਂ ਕਰਨੀ ਸਿਰਫ ਪਾਠ ਸੁਣਨਾ ਹੁਣ ਜੋੜਾਂ ਦੀ ਸੇਵਾ ਕਰਨੀ ਹੈ ਫਿਰ ਲੰਗਰ ਦੀ ਸੇਵਾ ਕਰਨੀ ਇਹ ਸਮਾਗਮ ਨੂੰ ਪੋਲੀਟੀਕਲ ਤੌਰ 'ਤੇ ਕਿਤੇ ਨਹੀਂ ਜਾਣਾ ਚਾਹੁੰਦੇ ਸਿਰਫ ਤੇ ਸਿਰਫ ਆਪਣੇ ਕੋਲ ਸਾਰੀ ਜ਼ਿੰਦਗੀ ਹੈ ਦੂਜੇ ਜਵਾਬ ਦੇਣ ਦਾ ਦੇਵਾਂਗੇ ਮੌਕੇ 'ਤੇ ਸਾਰਿਆਂ ਦਾ ਤੁਸੀਂ ਸਿਆਣੇ ਸੀਜ਼ਨਡ ਜਰਨਲਿਸਟ ਹੋ ਅੰਮ੍ਰਿਤਸਰ ਦੇ ਉਹ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ ਧਾਰਮਿਕ ਅਤੇ ਸਿਆਸੀ ਥੋੜ੍ਹਾ ਜਿਹਾ ਫਰਕ ਹੁੰਦਾ ਅੱਜ ਦਾ ਦਿਨ ਮੈਂ ਤੁਹਾਤੋਂ ਹੱਥ ਬੰਨ ਕੇ ਮਾਫ਼ੀ ਮੰਗਦਾ ਕਿ ਅਸੀਂ ਇਹੀ ਹੈ ਕਿ ਆਹ 3 ਦਿਨ ਜਿਹੜੇ ਸੇਵਾ ਕੀਤੀ ਹੈ ਇਹਦੇ 'ਚ ਕੋਈ ਪੋਲੀਟੀਕਲ ਗੱਲ ਧਾਰਨੀ ਸਾਹਿਬ ਭੁੱਲਾਂ ਬਖਸ਼ਾਉਣ ਗਏ ਸੀ ਬਾਦਲ ਸਾਹਿਬ ਇਹੀ ਭੁੱਲ ਗਏ ਕਿਆ ਕੀ ਸੀਗਾ 2 ਦਿਨ ਬਾਅਦ ਫਿਰ ਉਹੀ ਗੱਲ ਦੇਖੋ ਗੱਲ ਇਹੀ ਹੈ ਨਾ ਪਹਿਲੇ ਦਿਨ ਵੀ ਉਹਨਾਂ ਨੇ ਕਿਹਾ ਕਿ ਉਦਣ ਦੱਸਾਂਗੇ ਉਦਣ ਤੁਹਾਨੂੰ ਹੁਣ ਦੱਸਤਾ ਕਿ ਇਹ ਸਾਡਾ ਟੋਟਲੀ ਧਾਰਮਿਕ ਸਮਾਗਮ ਉਦਣ ਵੀ ਉਹਨਾਂ ਨੇ ਇਹੀ ਕਹੀ ਗੱਲ ਕਹੀ ਸੀ ਧਾਰਨੀ ਸਾਹਿਬ ਉਦਣ ਵੀ ਇਹੀ ਗੱਲ ਕਹੀ ਸੀਗੀ ਕਿਹੜੀ ਭੁੱਲਾਂ ਬਖਸ਼ਾਉਣ ਗਏ ਸੀ ਨਾ ਇਹ ਵੀ ਭੁੱਲੀ ਹੋਗੀ ਨਾ ਅਗਲੀ ਇੱਕ ਹੋਰ ਭੁੱਲੀ ਨਹੀਂ ਨਹੀਂ ਭੁੱਲ ਵਾਲੀ ਕੋਈ ਗੱਲ ਨਹੀਂ ਦੇਖੋ ਬਾਦਲ ਸਾਹਿਬ ਨੇ ਬੜੀ ਨਿਮਰਤਾ ਨਾਲ ਸਾਰਿਆਂ ਤੋਂ ਮਾਫੀ ਮੰਗੀ ਹੈ ਤੁਹਾਨੂੰ ਪਤਾ ਸੀ ਕਿ ਕੈਮਰੇ ਵਰਤਨੇ ਕਿਵੇਂ ਆ ਪ੍ਰਚਾਰ ਕਰਨਾ ਕਿਵੇਂ ਧਾਰਨੀ ਸਾਹਿਬ ਬੜੀ ਨਿਮਰਤਾ ਨਾਲ ਮਾਫੀ ਮੰਗੀ ਹੈ ਤੁਹਾਤੋਂ ਵੀ ਮਾਫੀ ਮੰਗੀ ਹੈ ਔਰ ਸਾਰੀ ਸੰਗਤ ਤੋਂ ਵੀ ਮਾਫੀ ਮੰਗੀ ਹੈ ਔਰ ਗੁਰੂ ਮਹਾਰਾਜ ਤੋਂ ਵੀ ਮਾਫੀ ਮੰਗੀ ਹੈ ਇੱਕੋ ਗੱਲ ਕਹੀ ਹੈ ਕਿ ਸੱਚੇ ਪਾਤਸ਼ਾਹ ਜੇ ਸਾਤੋਂ ਗਲਤੀਆਂ ਜਾਣੇ ਅਣਜਾਣੇ 'ਚ ਹੋਈਆਂ ਤਾਂ ਉਸ ਦੀ ਅਸੀਂ ਹੱਥ ਬੰਨ ਕੇ ਜਿਹੜੀ ਹੈਗੀ ਆ ਮਾਫੀ ਮੰਗਦੇ ਹੈਗੇ ਆ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਵਾਬ ਦੇਵਾਂਗੇ ਜ਼ਰੂਰ ਠੀਕ ਹੈ ਡਾਟੇ ਲੋ ਹਾਂਜੀ ਇਹ ਭੁੱਲ ਨਹੀਂ ਹੈਗੀ ਜਦੋਂ ਆਪਾਂ ਕਹਿੰਦੇ ਕੁਛ ਹੋਰ ਆ ਕਰਦੇ ਕੁਛ ਹੋਰ ਇਹ ਸਾਰੀ ਭੁੱਲੀ ਆ ਸਾਰਾ ਫਰੋਡ ਹੈ ਇਹ ਮੈਂ ਸਮਝਦਾ ਔਰ ਇਹ ਬੜਾ ਇਤਿਹਾਸਿਕ ਫਰੋਡ ਆ ਇਸ ਨੂੰ ਇਤਿਹਾਸ ਜਦੋਂ ਲਿਖਿਆ ਇਸ ਬਾਰੇ ਲਿਖਿਆ ਜਾਏਗਾ ਤਾਂ ਉਸ ਵੇਲੇ ਇਹਨੂੰ ਕਟਹਿਰੇ 'ਚ ਖੜਾ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਜਾਏਗਾ ਇਹ ਤਾਂ ਜਵਾਬ ਨਹੀਂ ਇਹਨੂੰ ਕੋਈ ਮਿਲਣਾ ਮੈਂ ਹੁਣ ਲੰਗਰ ਦੀ ਗੱਲ ਕੀਤੀ ਇਹਨਾਂ ਨੇ ਲੰਗਰ ਇੱਕ ਸੀਕ੍ਰੇਟ ਇੰਸਟੀਟਿਊਸ਼ਨ ਆ ਸਿੱਖਾਂ ਦਾ ਔਰ ਉਹ ਸਮਰਪਿਤ ਹੋ ਕੇ ਸਿੱਖੀ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਕੰਟਰੀਬਿਊਟ ਕਰਦੇ ਆ ਕਿਸੇ ਵੀ ਫਾਰਮ 'ਚ ਚਾਹੇ ਕਰਨ ਚਾਹੇ ਉਹ ਸੇਵਾ ਕਰਨ ਭਾਂਡੇ ਮਾਂਜਣ ਮੈਂ ਇੱਥੇ ਪੁੱਛਣਾ ਚਾਹੁੰਦਾ ਇਹ ਤਾਂ ਵਿਚਾਰੇ ਚਲੋ ਇਹਨਾਂ ਤੋਂ ਕਾਹਦੇ ਲਈ ਇਸ ਗੱਲ ਨੂੰ ਪੁੱਛਣਾ ਮੈਂ ਤੁਹਾਡੇ ਸਰੋਤਿਆਂ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ ਜਦੋਂ ਬੀਬੀ ਸੁਰਿੰਦਰ ਕੌਰ ਗੁਜ਼ਰੇ ਸੀ ਉਸ 'ਤੇ ਉਹਨਾਂ ਦੇ ਭੋਗ ਦੇ ਉੱਤੇ ਜਿਹੜਾ ਲੰਗਰ ਸੀ ਮੈਂ ਨਹੀਂ ਕਹਿ ਰਿਹਾ
ਮਨਪ੍ਰੀਤ ਨੇ ਆਪਾਂ ਕਿਸੇ ਵੀ ਸੈਕਰਡ ਇੰਸਟੀਟਿਊਸ਼ਨ ਗੁਰੂ ਦਾ ਉਸਦੀ ਸੈਕਰਡਿਟੀ ਨੂੰ ਖਰਾਬ ਮਤ ਕਰੋ। ਉਹ ਬਹੁਤ ਵੱਡੀ ਉਸਦੇ ਪਿੱਛੇ ਇੱਕ ਆਸਥਾ ਹੈ, ਬਹੁਤ ਸਟਰੋਂਗ ਉਸਦੀ ਇੱਕ ਟ੍ਰੈਡੀਸ਼ਨ ਹੈ। ਦੇਖੋ ਡਾਕਟਰ ਢਿੱਲੋਂ, ਤੁਸੀਂ ਪਰਿਵਾਰਵਾਦ ਨੂੰ ਵਿੱਚ ਲਿਆ ਰਹੇ ਆ, ਪਰਿਵਾਰ ਦੇ ਐਲੀਗੇਸ਼ਨਾਂ ਨੂੰ ਤੁਸੀਂ ਉਹਦੇ ਤੇ ਗੱਲ ਕਰ ਰਹੇ ਹੋ। ਮੈਂ ਤਾਂ ਆਪ ਕਹਿ ਹੀ ਨਹੀਂ ਰਿਹਾ, ਮੈਂ ਨਹੀਂ ਕਹਿ ਰਿਹਾ, ਉਹ ਮਨਪ੍ਰੀਤ ਨੇ ਲੈਜਿਸਲੇਟਿਵ ਦੇ ਫਲੋਰ ਤੇ ਉੱਤੇ ਢਿੱਲੋਂ ਵਾਪਸ ਆਉਂਗਾ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਤਾਰਾ ਸੰਧੂ ਜੀ, ਬਾਦਲ ਪਰਿਵਾਰ ਨੇ ਜਿਹੜੀ ਮਾਫੀ ਮੰਗੀ ਹੈਗੀ ਆ, ਅਕਾਲੀ ਦਲ ਨੇ ਮਾਫੀ ਮੰਗੀ ਆ, ਤੁਸੀਂ ਵੀ ਇੱਦਾਂ ਸੋਚਦੇ ਹੋ ਜਿਵੇਂ ਬਾਦਲ ਦਲ ਦੇ ਕੁਝ ਵਿਰੋਧੀ ਇਹ ਸੋਚਦੇ ਹੈਗੇ ਆ ਕਿ ਬਾਦਲ ਪਰਿਵਾਰ ਨੂੰ ਮਾਫੀ ਮੰਗਣੀ ਚਾਹੀਦੀ ਸੀ, ਸਮੁੱਚੀ ਲੀਡਰਸ਼ਿਪ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਸੀ? ਦੇਖੋ, ਜਿੱਥੋਂ ਤੱਕ ਤਾਂ ਮਾਫੀ ਮੰਗਣ ਦਾ ਸਵਾਲ ਹੈ, ਇਹ ਕੋਈ ਪਾਰਟੀ ਵੀ ਫੈਸਲਾ ਕਰ ਸਕਦੀ ਹੈ ਤੇ ਬਾਦਲ ਪਰਿਵਾਰ ਤਾਂ ਮੁੱਖ ਤੌਰ ਤੇ ਜ਼ਿੰਮੇਵਾਰ ਹੈ ਹੀ ਹੈ। ਤੁਸੀਂ ਬਾਦਲ ਸਾਹਿਬ ਨੂੰ ਧਿਆਨ ਨਾਲ ਸੁਣਿਆ, ਮੈਂ ਵੀ ਸੁਣਿਆ, ਉਹਨਾਂ ਨੇ ਕਿਹਾ ਕਿ ਦੇਖੋ ਜੀ, ਅਸੀਂ ਅੱਜ ਧਾਰਮਿਕ ਤੌਰ 'ਤੇ ਇੱਥੇ ਬੈਠੇ ਹਾਂ, ਰਾਜਨੀਤੀ ਦੀ ਗੱਲ ਨਹੀਂ ਕਰਨੀ। ਅਤੇ ਅਕਾਲੀ ਦਲ ਤਾਂ ਹਮੇਸ਼ਾ ਹੀ ਕਹਿੰਦੇ ਧਰਮ ਅਤੇ ਰਾਜਨੀਤੀ ਸਾਡੀ ਇਕੱਠੀ ਹੈ, ਇੱਕ ਕਨਸੈਪਟ ਦੇ ਤੌਰ 'ਤੇ ਵੀ, ਪੋਲੀਟੀਕਲ ਕਨਸੈਪਟ ਦੇ ਤੌਰ 'ਤੇ। ਅਤੇ ਹੁਣ ਸਿੱਖਾਂ ਦੇ ਸਭ ਤੋਂ ਵੱਡੇ ਮੱਕੇ 'ਚ ਬੈਠ ਕੇ ਉਹ ਐਡਾ ਵੱਡਾ ਝੂਠ ਬੋਲੀ ਜਾਂਦੇ ਆ, ਇੱਕ ਤਾਂ ਇਹ ਗੱਲ ਹੈ। ਦੂਸਰਾ, ਜੇ ਤੁਸੀਂ ਭੁੱਲਾਂ ਹੀ ਬਖਸ਼ਾਉਣੀਆਂ, ਫਿਰ ਮੋਗੇ ਵਾਲੀ ਕੁੜੀ ਔਰਬਿਟ 'ਚ ਕਿਵੇਂ ਸਿੱਟੀ ਉਹ ਬੱਚੀ ਮਾਰੀ, ਉਹਦੀ ਫੋਟੋ ਲਾ ਵੱਲੋਂ ਮੂਹਰੇ ਹੈ, ਕਿਵੇਂ ਉੱਥੇ ਆਪਾਂ ਏ ਐੱਸ ਆਈ ਸ਼ਹੀਦ ਕੀਤਾ ਜਿਹੜਾ ਆਪਦੀ ਧੀ ਦੀ ਇੱਜ਼ਤ ਬਚਾਉਂਦਾ ਸੀ ਸ਼ੇਰਟੇ ਵਾਲਾ, ਉਹਦੀ ਫੋਟੋ ਲਾ ਲਓ। ਇਸ ਤਰੀਕੇ ਨਾਲ ਜਿਹੜੇ ਬਰਗਾੜੀ 'ਚ ਉਹ ਸ਼ਹੀਦ ਹੋਏ ਆ, ਉਹਨਾਂ ਦੀਆਂ ਫੋਟੋਆਂ ਲਾ ਲਓ। ਜੇ ਭੁੱਲ ਬਖਸ਼ਾਉਣੀ ਤਾਂ ਫਿਰ ਗੁਰੂ ਸਾਹਿਬ ਕੋਲ ਸਿਰ ਨਵਾਉਣਾ, ਉਹਦੇ ਕੋਲੋਂ ਲੁਕੋ ਕਾਹਦਾ, ਫਿਰ ਖੁੱਲ੍ਹ ਕੇ ਦੱਸੋ, ਉਹਨੂੰ ਬੇਨਤੀ ਕਰੋ। ਇਸ ਕਰਕੇ ਮੈਂ ਸਮਝਦਾ ਕਿ ਇਹ ਰਾਜਨੀਤਿਕ ਡਰਾਮਾ ਵੀ ਨਹੀਂ ਰਿਹਾ। ਤੁਸੀਂ ਜੇ ਸੋਸ਼ਲ ਮੀਡੀਆ 'ਤੇ ਦੇਖਿਆ ਹੋਵੇ, ਕੱਲ੍ਹ ਤੱਕ ਚਾਰੇ ਪਾਸੋਂ ਇਹਨਾਂ ਨੂੰ ਜਿਹੜੀ ਆ ਇਹਨਾਂ ਦੀ ਨਿੰਦਾ ਹੋ ਰਹੀ ਸੀ। ਸਵਾਲ ਨੂੰ ਕੀਤਾ ਗਿਆ ਸੀ ਨਾ, ਉਹਨਾਂ ਦੇ ਬੁਲਾਰੇ ਨੇ ਜਵਾਬ ਦਿੱਤਾ ਕਿ ਚਲੋ ਇਸੇ ਬਹਾਨੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਕੀ ਹੈ, ਕਿਸ ਤਰੀਕੇ ਨਾਲ ਅਸੀਂ ਉੱਥੇ ਬਰਤਨਾਂ ਦੀ ਸੇਵਾ ਕਰਨੀ ਹੈ, ਕਿਸ ਤਰੀਕੇ ਨਾਲ ਜੋੜਾ ਘਰ ਸੇਵਾ ਕਰਨੀ ਹੈ, ਲੰਗਰ ਘਰ ਸੇਵਾ ਕਰਨੀ ਹੈ। ਉਹ ਕਹਿੰਦੇ ਇਹ ਸੋਸ਼ਲ ਮੀਡੀਆ ਦੇ ਪ੍ਰਚਾਰ ਨਹੀਂ ਸਾਨੂੰ ਇਹ ਪਤਾ ਲੱਗੂਗਾ। ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਕਾਹਦੇ ਲਈ ਬਣੀ ਹੈ? ਉਹ ਧਰਮ ਪ੍ਰਚਾਰ ਲਈ ਹੈ। ਪਰ ਕੀ ਹੈ ਅੱਜ ਸੋਸ਼ਲ ਮੀਡੀਆ 'ਤੇ ਕੀ ਹੈ? ਅੱਜ ਉਹਨਾਂ ਨੇ ਬਕਾਇਦਾ ਤੌਰ 'ਤੇ ਆਪਦੇ ਨੌਜਵਾਨਾਂ ਨੂੰ ਸਰਗਰਮ ਕੀਤਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਇਸ ਆਹ ਜਿਹੜਾ ਸਿਆਸੀ ਡਰਾਮਾ ਇਹਦੇ ਹੱਕ 'ਚ ਫਟਾਫਟ ਸਟੋਰੀਆਂ ਪਾਓ, ਦੋ ਦਿਨ ਦੀਆਂ ਸਟੋਰੀਆਂ ਕੱਢ ਲਓ ਅਤੇ ਅੱਜ ਦੀਆਂ ਕੱਢ ਲਓ। ਇਸ ਕਰਕੇ ਸਾਰਾ ਪ੍ਰੀ ਪਲੈਨਡ ਪੋਲੀਟੀਕਲ ਡਰਾਮਾ ਹੈ, ਔਰ ਨਾਲ ਇੱਕ ਟੈਂਪਰੇਚਰ ਜੱਜ ਕਰਨ ਦਾ ਵੀ ਸਾਡੇ ਵਿਰੋਧ ਦਾ ਟੈਂਪਰੇਚਰ ਕਿੱਥੇ ਕੁ ਖੜ੍ਹਾ ਸਿਆਸੀ ਉਹ, ਪਰ ਇਹਨਾਂ ਨੂੰ ਇਹ ਵੀ ਪੁੱਠਾ ਪਿਆ। ਠੀਕ ਹੈ, ਗੁਰਿੰਦਰ ਮਿੱਤਲ, ਆਮ ਆਦਮੀ ਪਾਰਟੀ ਵੀ ਇਹ ਸੋਚਦੀ ਹੈ ਵੀ 2019 ਤੋਂ ਪਹਿਲਾਂ ਜਾਂ ਪੰਚਾਇਤ ਚੋਣਾਂ ਤੋਂ ਪਹਿਲਾਂ ਇੱਕ ਤਾਪਮਾਨ ਮਾਪਿਆ ਜਾ ਰਿਹਾ? ਬਿਲਕੁਲ ਬਿਲਕੁਲ ਕੇ ਪੀ ਸਿੰਘ, ਬਿਲਕੁਲ ਗੱਲ ਇਸ ਗੱਲ 'ਚ ਬਜਣਾ ਤੁਹਾਡੇ 'ਚ, ਜਾਂ ਅਕਾਲੀ ਦਲ ਜਿਹੜਾ ਹੈਗਾ ਆਪਣੀ ਸਿਆਸੀ ਜ਼ਮੀਨ ਜਿਹੜੀ ਖੋਈ ਹੋਈ ਆ ਉਹਨੂੰ ਦੁਬਾਰਾ ਮਤਲਬ ਰੀਗੇਨ ਕਰਨ ਦੇ ਯਤਨਾਂ ਦੇ ਵਿੱਚ ਹੈ। ਅੱਜ ਮੈਂ ਬ੍ਰਹਮਪੁਰਾ ਸਾਹਿਬ ਦੀ ਪੜ੍ਹ ਰਿਹਾ ਸੀ ਇੱਕ ਨਿਊਜ਼ 18 'ਤੇ ਉਹਨਾਂ ਨੇ ਦਿੱਤਾ, ਉਹ ਕਹਿੰਦੇ ਵੀ ਜਦੋਂ ਅਕਾਲੀ ਦਲ ਦੇ ਜਦੋਂ 2017 ਦੀਆਂ ਚੋਣਾਂ ਤੋਂ ਬਾਅਦ ਹਾਰ ਹੋਈ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਿਆ ਗਿਆ, ਹਾਰ ਦਾ ਜ਼ਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਗਿਆ, ਤਾਂ ਉਹ ਉਹਨਾਂ ਦੀ ਅੱਖਾਂ 'ਚੋਂ ਹੰਝੂ ਆ ਗਏ ਕਿ ਉਹ ਰੋਣ ਲੱਗ ਪਏ। ਮਤਲਬ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਇਹ ਸਮਝਦੀ ਆ, ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਕੋਈ ਇਹ ਨਹੀਂ ਕਿ ਛੋਟੇ ਮੋਟੇ ਸਿਆਸਤਦਾਨ ਨੇ, ਜਿੱਦਾਂ ਤਰਲੋਚਨ ਸਿੰਘ ਨੇ ਕਿਹਾ ਪੰਜ ਵਾਰ ਦੇ ਮੁੱਖ ਮੰਤਰੀ ਨੇ, ਘਾਗ ਸਿਆਸਤਦਾਨਾਂ ਦੇ ਵਿੱਚੋਂ ਗਿਣੇ ਜਾਂਦੇ ਨੇ। ਕਿਸੇ ਟਾਈਮ ਦੇ ਵਿੱਚ ਇੰਦਰਾ ਗਾਂਧੀ ਵੀ ਉਹਨਾਂ ਦੀ ਕਾਇਲ ਸੀ, ਉਹਨਾਂ ਦੀ ਜਿਹੜੀ ਚੋਣ ਮੁਹਿੰਮ ਚਲਾਉਂਦੇ ਸੀ ਉਹ। ਮਤਲਬ ਅਗਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਮਹਿਸੂਸ ਹੋ ਗਿਆ ਕਿ ਬਾਦਲ ਪਰਿਵਾਰ ਦਾ ਜਿਹੜਾ ਸੂਰਜ ਆ ਉਹ ਅਸਤ ਹੋ ਚੁੱਕਿਆ, ਉਹ ਉਸ ਚੀਜ਼ ਨੂੰ ਬਚਾਉਣ ਦੇ ਯਤਨਾਂ ਦੇ ਵਿੱਚ ਨੇ, ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀ ਕਿਰਕਰੀ ਹੋਈ ਆ ਉਸ ਗੱਲ ਨੂੰ ਲੈ ਕੇ ਉਹਨਾਂ ਨੇ ਜਿਹੜੀ ਇਹ ਚਾਲ ਚੱਲੀ। ਦੇਖੋ, ਤੁਸੀਂ ਮਹਾਂਭਾਰਤ ਦਾ ਯੁੱਧ ਤੁਸੀਂ ਸਾਰੇ ਜਾਣਦੇ ਹੋ, ਕੌਰਵਾਂ ਦੀ ਹਰ ਚਾਲ ਉਹਦੀ ਪੁੱਠੀ ਪੈਂਦੀ ਸੀ। ਇਸ ਤਰੀਕੇ ਨਾਲ ਅਕਾਲੀ ਦਲ ਜਿਹੜੇ ਬਾਦਲ ਫੈਮਿਲੀ ਆ, ਇਹਨਾਂ ਦੀ ਹਰ ਚਾਲ ਜਿਹੜੀ ਹੈਗੀ ਉਹ ਪੁੱਠੀ ਪੈ ਰਹੀ ਆ, ਜਿਹੜਾ ਕੱਲ੍ਹ ਇਹਨਾਂ ਨੇ ਡਰਾਮਾ ਰਚਿਆ ਉਹ ਲੋਕਾਂ ਨੂੰ ਬਿਲਕੁਲ ਰਾਸ ਨਹੀਂ ਆ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਪੰਜ ਕੰਮਾਂ ਦੀ ਗੱਲ ਕਹੀ ਆ, 10 ਸਾਲ ਸਰਕਾਰ ਦੇ ਵਿੱਚ ਰਹੇ, ਚਲੋ ਸਰਕਾਰ ਕੋਲ ਰਿਸੋਰਸਿਸ ਦੀ ਘਾਟ ਹੋ ਗਈ, ਸਾਰੀ ਲੋਕਾਈ ਲਈ ਸਾਰੀ ਜਨਤਾ ਲਈ ਕੰਮ ਨਹੀਂ ਹੋ ਸਕੇ। ਤੁਸੀਂ 10 ਸਾਲ ਤੁਹਾਡਾ ਸ਼੍ਰੋਮਣੀ ਕਮੇਟੀ 'ਤੇ ਵੀ ਕਬਜ਼ਾ ਰਿਹਾ, ਤੁਸੀਂ ਸਿੱਖਾਂ ਲਈ ਕਿਸੇ ਸਿੱਖ ਜਮਾਤ ਲਈ ਪੰਜ ਕੰਮ ਗਿਣਾ ਦਿਓ। ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਦਾ ਕੰਮ ਆ, ਤੁਸੀਂ ਕਿਹੜੇ ਇੰਸਟੀਚਿਊਟ ਖੋਲ੍ਹੇ ਨੇ, ਕਿਹੜੇ ਤੁਸੀਂ ਕਾਲਜ ਖੋਲ੍ਹੇ ਨੇ, ਕਿਹੜਾ ਤੁਸੀਂ ਧਰਮ ਪ੍ਰਚਾਰ ਦਾ ਕੰਮ ਕੀਤਾ, ਕਿਹੜਾ ਤੁਸੀਂ ਸਿੱਖ ਇਜ਼ਮ ਨੂੰ ਅਪਲਿਫਟ ਕਰਨ ਲਈ ਤੁਸੀਂ ਕੀ ਕੀਤਾ। ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਲੋਕਾਂ ਦੇ ਵਿੱਚ ਸਿੱਖਾਂ ਦੇ ਲਈ ਕੀਤੇ ਗਏ ਪੰਜ ਕੰਮ ਗਿਣਾ ਦੇਣ। ਠੀਕ ਹੈ, ਤਰਲੋਚਨ ਜੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਆ, ਉਹ ਹਰ ਗੱਲ ਦੇ ਵਿੱਚ ਮੂਹਰੇ ਹੋ ਕੇ ਆਪਦੇ ਆਪ ਨੂੰ ਪੇਸ਼ ਕਰਦੇ ਹੈਗੇ ਆ। ਸਵਾਲ ਇਹ ਹੈਗਾ ਕਿ ਜਦੋਂ ਉੱਥੇ ਮੀਡੀਆ ਸਵਾਲ ਜਵਾਬ ਪੁੱਛ ਰਿਹਾ ਸੀਗਾ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕੋਲ ਦੀ ਵੀ ਲੰਘੇ ਵੀ ਹੈ, ਉਹਨਾਂ ਨੇ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਮੀਡੀਆ ਦੇ ਮੁਖਾਤਬ ਹੋਣਗੇ। ਇਸ ਦਾ ਮਤਲਬ ਕੀ ਹੈਗਾ, ਪ੍ਰਕਾਸ਼ ਸਿੰਘ ਬਾਦਲ ਸੰਕਟ ਮੋਚਕ ਹੈ ਸ਼੍ਰੋਮਣੀ ਅਕਾਲੀ ਦਲ ਦੇ, ਸੁਖਬੀਰ ਸਿੰਘ ਬਾਦਲ ਦੇ ਹੱਥੋਂ ਗੇਮ ਨਿਕਲ ਚੁੱਕੀ ਹੈ?
कि भी जी अकाली दल दी बहुत बड़ा एक क्राइसिस पैदा हो गया, क्योंकि प्रकाश सिंह बादल दी चाहते ने भी मेरे पुत्र सुखबीर सिंह बादल ही पार्टी नूं रन करन, पर लगता भी वह समर्था उन्हां च नहीं है। जदों कोई संकट आउंदा है, तुसीं पंजाब विधानसभा च सी जदों जस्टिस रणजीत सिंह दी रिपोर्ट पेश कीती ते सुखबीर बादल होणी बोलन लगे, 1984 की गल करन लगे, तो मुख्यमंत्री कैप्टन अमरिंदर सिंह होना यह कह के चुप कराता भी उदों दे काका तू बाहर पढ़न गया सी, भावें सुखबीर होना कहा भी मैं इंडिया जी सी। उस तो बाद बिक्रम मजीठिया जी बोलन लगे 84 के दंगियां बारे, तो वह कहिंदा तू तो छोटा बेबी सी, तू की गल करदा 84 की। और उस स्थिति जदों उन्होंने बाइकाट किया तो जो विधानसभा अकाली दल प्रति एक मूव बनी, सारे ने बड़ा ठरा के आम आदमी पार्टी ने बड़ा स्वाद लिया, कांग्रेस ने लेना ही सी सारे ने, तो फिर एक अकाली दल च गल आई भी बहुत वड्डी गलती की, ये बाइकाट नहीं सी करना चाहिए। उस तो बाद हुण जदों उस तो बाद वड्डा क्राइसिस आया तो बादल साहब बीमार सन, पर उदों भी सुखबीर बादल होणां नूं पिछे लिया के ते प्रकाश सिंह बादल होणां नूं अगे लिआउणा पिया। अज भी उही स्थिति मैं देख रहा सी। इहदा मतलब यह है भी श्रोमणी अकाली दल दे क्राइसिस नूं दूर करन लई श्रोमणी अकाली दल दे प्रधान सुखबीर सिंह बादल समर्थ नहीं गए। जदों संकट आउंदा उदों बाबा जी नूं अगे लै आउंदा जांदा, ते जदों जदों सत्ता दा नज़ारा लैणा हुंदा ते उदों सुखबीर सिंह होणी अगे हुंदे। मैनूं लगदा भी वड्डी वड्डी समस्या अकाली दल दी। एक होर छोटा जिहा वक्फा लवां, वक्फे तों वापस आवां ते विरोधी भी कह रहे एक सीट बचाउण लई लड़ाई लड़ी जा रही है, एक सीट बचाउण लई सियासी जमीन तराशी जा रही है कि फकरे कौम सन्मान वापस लिया जाए, यह भी मांग उठती पी हैगी। ब्रेक तो वापस आके दोनों सवाल लवेंगे कि एक सीट बचानी हैगी है, पूरा श्रोमणी अकाली दल जो सारिया सीटा से ज भारतीय जनता पार्टी के सहयोग न लड़ता है कि उन्होंने सीटा की फिक्र नहीं हैगी। धर्म तो राजनीति हूँ श्रोमणी अकाली दल वक्त वक् क्यों दिखती पी हैगी है, ब्रेक तो वापस आके सारे सवाल लवेंगे। सवाल एक पूछ रहे हैं, सवाल असं ये पूछ रहे हैं श्रोमणी अकाली दल की समुची लीडरशिप कि भुलों के सवाल से बोलती नहीं पी। डॉक्टर ढिल्लों, एक सवाल ये किया जा रहा है कि फकरे कौम का अवार्ड है जो वापस लिया जाए, एक सवाल यह किया जा रहा है कि एक सीट लई ये सारी कवायद रची जा रही है, तुसी इन दोनों सवालों ना कितना इतफाक रखते हैं? देखो, एक तो मैं बेनती करता सारे प्रवक्ता नू कि तुसी अकाली दल नू आइडेंटिफाई ना करो प्रकाश सिंह बादल दे नाल। अकाली दल एक बहुत वड्डी जमात पैदा हुई सी जिन्हें जिदे पिछे शहादतां सी, जिन्हें पिछे सैल्फलैसनैस सी। अज जिहड़ा ये प्रकाश सिंह बादल ते उन्हां दा परिवार है, वह गतलीन पूरी तरह इस गल च डुब्या हुआ, सैल्फ इंट्रस्ट दे विच, फैमिली दे इंट्रस्ट दे विच। वह ये अकाली दल नूं उन्हां नाल आइडेंटिफाई करना या उन्हां नूं अकाली दल नाल आइडेंटिफाई करना, इस तो प्लीज़ ग्रोइज करो। अज अकाली दल आ जिहड़ा पार्टी दी गल कहिंदी भी ना, डॉक्टर लो पार्टी गल कहिंदी भी श्रोमणी अकाली दल श्रोमणी कमेटी अज सारे ने रल के माफ़ी मंगी। नहीं नहीं, कोई बादल परिवार ते अकाली दल नूं वापस देखना चाहुंदे हो? अकाली दल ने केड़ी गलती कीती है? गलती तां कीती है प्रकाश सिंह बादल ते उसदे परिवार ने। क्यों अकाली दल नूं तुसीं दोषी ठहरा रहे हो? अकाली दल तां एक बड़ी सेक्रेड जमात आ जिसके पिछे शहादतां होईआं, जिहड़े बेचारे गरीब बंदे सी जिहड़ां दे जुत्तियां वी नहीं सी हुंदीआं, जिहनां कोल कोई स्वैटर पाउण नूं नहीं सी हुंदा, बेचारे उह नंगे भुखे उन्हां ने स्ट्रगल कीती आ सिखिज़म दे लई। वाई आर यू डैमेजिंग द इमेज ऑफ अकाली दल? अकाली दल नू सैपरेट कर दिओ, इन्हां नू कल्यां नू अड रहण दिओ, क्योंकि इन्हां ने तां अकाली दल नू भी बर्बाद करन दी कोशिश कीती आ और अकाली दल दा नां भी बदनाम करन दी कोशिश कीती आ। तो इह गल एक बहुत इंपॉर्टेंट गल आ जिहड़ी मैं समझदा जर्नलिस्टां नू भी डिस्टिंग्विश कर लैणा चाहीदा बिटवीन द टू। हुण गल इह आ वी अकाली इह जिहड़े प्रकाश सिंह बादल ते मैं सुखबीर सिंह ते क्वेश्चन करना चाहुंदा। मैं एक सवाल तुहानू कीता सी, इक सीट बचाउण दी कवायद आ, एक फकरे कौम अवार्ड वापस लिया जाए। देखो, फकरे कौम किने दिता, किने किनू दिता? उन्होंने आप ही तुर गया, आप ही उसनू इंस्टिगेट किया, उसने उन्हों आप ही ले लिया अवार्ड। किस किस्म का है अवार्ड? ये तो एक जिस तरह एक बेवकूफ आदमी पागल आदमी कहे भी मैं प्राइम मिनिस्टर ऑफ इंडिया हैगा, पागलखाने च इहो जिहे बंदे बहुत मिल जाते। तो जो बंदा गलतियां करता पोलीटिकली वह अपना माइंड लूज कर लैंदा। सिखिज़म दे सब तो वड्डी गल है कि हंबल रहो, उस हंकार नूं तुसी तोड़ दिओ। हंकार तुसी लै रहे हो फकरे कौम दे इस किस्म दे टाइटल लैके, तुसी अपने आप ही इस किस्म दे टाइटल लै रहे हो। थोनू दूसरा तो कोई ये टाइटल दिंदा नहीं, थोड़े च ह्यूमिलिटी तो है ही नहीं, थोड़े च हंकार वड़ गया, तुसी अपने आप नूं बादशाह समझण लग गए, तुसी शहनशाह समझण लग गए अपने आप नूं। तो ये सारियां गलतियां इसे करके हुंदियां
कि तुसी हंकार तो परे नहीं हटते, तुसी हंकार दे विच लिबड़ जाने हो। तो गुरु ने तो सारिया चीज़ों, गुरु ने तो आप कोई टाइटल लिया ही नहीं, गुरु ने तो कोई टाइटल लिया ही नहीं। हाउ मच ह्यूमिलिटी गुरु गुरुज़ हैड, किन्ने हंबल सी गुरु। गुरु नानक ने अपनी जिंदगी दे विच अपनी गद्दी अपने पैरोकार नूं दे के उहदे अगे हथ बन के उहदे पैरी हथ ला दिता। किड्डी वड्डी गल जिहड़ी दुनिया दे स्पिरिचुअल इतिहास दे विच नहीं होई। तुसी कोई सबके नहीं सिखदे, किस किस्म दे तुसी सिखो? धारनी साहब डॉक्टर लो एक सवाल कर रहे हैं कि वो सारे समझा रहे हैं कि मीडिया ने भी समझना चाहिए श्रोमणी अकाली दल ते बादल परिवार को वक्ख करके देखा जाए। देखो ये तो मीडिया ने ही नाल जिहड़ा हैगा बादल शब्द जोड़ता। देखो असल जिहड़ा वर्ड हैगा श्रोमणी अकाली दल है, तुहाडे उहदे ते भी लिखिया हुआ हैगा ते उहनूं रन बादल करदे इस करके जोड़ लैंदे आ। अगे पिछले टाइम दे विच इक रवायत बन गई कि श्रोमणी अकाली दल बरनाला, श्रोमणी अकाली दल तलवंडी, श्रोमणी अकाली दल एक बार एक चीमा साहब का भी बनया। ਉਹ ਹੋਰ ਤਰੀਕੇ ਗੱਲ ਕਰਦੇ ਤਾਰੇ ਸਾਹਿਬ, ਤੁਸੀਂ ਆਹ ਤਰੀਕੇ ਕਮਾ ਲੈਣੇ ਹੋ, ਕਿਵੇਂ ਕਮਾ ਲੈਣੇ ਤੁਸੀਂ? ਦੇਖੋ ਵਕੀਲ ਆ ਨਾ, ਉਹਨਾਂ ਨੇ ਸਵਾਲ ਬੜਾ ਸਿੰਪਲ ਕੀਤਾ ਵੀ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਵੱਖ ਵੱਖ ਕਰਕੇ ਦੇਖਿਆ ਜਾਵੇ। ਨਹੀਂ ਨਹੀਂ, ਕਿਉਂ ਦੇਖਿਆ ਜਾਵੇ? ਦੇਖੋ ਉਹ ਉਹਦੇ ਪ੍ਰਧਾਨ ਹੈਗੇ ਆ, ਸਰਪ੍ਰਸਤ ਹੈਗੇ ਆ, ਠੀਕ ਹੈ। ਨਹੀਂ ਬਾਦਲ ਤੁਸੀਂ ਸ਼ਬਦ ਨਾਲ ਜੋੜਿਆ, ਉਹਨਾਂ ਨੂੰ ਮਤਲਬ ਬਤੌਰ ਪ੍ਰਧਾਨ ਜਾਂ ਬਤੌਰ ਸਰਪ੍ਰਸਤ ਨਹੀਂ ਅੱਡ ਕਰਿਆ ਜਾ ਸਕਦਾ। ਇੱਕ ਅੱਖਰ ਨੂੰ ਅੱਡ ਕਰਨਾ ਜਾਂ ਅੱਖਰ ਨੂੰ ਜੋੜਨਾ ਤਾਂ ਤੁਹਾਡਾ ਕੰਮ ਹੈ, ਤੁਸੀਂ ਲਾਇਆ ਵਾ ਹੈਗਾ ਉਹਦੇ ਨਾਲ ਬਾਦਲ ਜੋੜਿਆ। ਮੈਂ ਇੱਕ ਮਿੰਟ 'ਚ ਕਲੀਅਰ ਕਰਦਾ। ਹਾਂਜੀ, ਆਪਾਂ ਕਹਿੰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ, ਉਹ ਅਕਾਲ ਤਖਤ ਸਾਹਿਬ ਆ ਜਿਹੜੇ ਉਹ ਅਕਾਲ ਤਖਤ ਜਥੇਦਾਰ ਨਹੀਂ ਹੈ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਹੈ। ਦੇ ਆਰ ਟੂ ਡਿਸਟਿੰਗੁਇਸ਼ਡ ਪੋਜੀਸ਼ਨਸ। ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ ਸਿੱਖਾਂ ਦਾ, ਜਥੇਦਾਰ ਆ ਸਿਰਫ ਉਸ ਦੀ ਦੇਖਭਾਲ ਸੰਭਾਲ ਦੇ ਲਈ ਅਪੁਆਇੰਟ ਕੀਤਾ ਜਾਂਦਾ। ਤੋ ਦੋਨਾਂ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ। ਮੀਡੀਆ ਨਹੀਂ ਕਰਿਆ ਵਾ ਬਾਦਲ ਤਾਂ ਨਾਲ ਜੋੜਿਆ ਵਾ। ਮੈਂ ਮੀਡੀਆ ਨੂੰ ਕਹਿ ਰਿਹਾ, ਤੁਸੀਂ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ, ਤੁਸੀਂ ਚਾਹੁੰਦੇ ਹੋ ਅਸੀਂ ਭੁੱਲਾਂ ਬਖਸ਼ਾਈਏ, ਤੁਸੀਂ ਚਾਹੁੰਦੇ ਅਸੀਂ ਭੁੱਲਾਂ ਬਖਸ਼ਾਈਏ। ਹੁਣ ਅਸੀਂ ਤਾਂ ਤੁਹਾਤੋਂ ਵੀ ਮਾਫੀ ਮੰਗੀ ਆ ਜੀ ਧਾਰਨੀ ਸਾਹਿਬ। ਇਹ ਹੁਣ ਸਾਨੂੰ ਅਕਾਲੀ ਦਲ ਦਾ ਸੰਧੂ ਹੁਣ ਮੀਡੀਆ ਨੂੰ ਡਿਕਟੇਟ ਕਰ ਰਹੇ ਆ। ਦੇਖੋ ਜੀ ਕੇਪੀ ਜੀ, ਮੈਂ ਢਿੱਲੋਂ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਗਾ। ਇਹ ਉਸ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਜਿਹੜਾ 1920 ਤੋਂ ਲੈ ਕੇ 1966 ਤੱਕ ਪੰਜਾਬੀ ਸੂਬੇ ਲਈ ਲੜਨ ਵਾਲਾ ਸੀਗਾ। ਹੁਣ ਜਿਹੜਾ ਹੁਣ ਕਿੰਨੇ ਸ਼ਰਾਬ ਦੇ ਠੇਕੇਦਾਰ, ਕਿੰਨੇ ਸਮਗਲਰ, ਕਿੰਨਾ ਕੁਛ ਕੰਜ਼ਿਊਮਰਿਜ਼ਮ ਅਕਾਲੀ ਦਲ ਨੂੰ ਤਾਂ 1997 'ਚ ਮੋਗੇ 'ਚ ਕਾਨਫਰੰਸ ਕਰਕੇ ਇਹਨਾਂ ਨੇ ਕਹਿਤਾ ਕਿ ਇਹ ਜਿਹੜੀ ਹੈ ਪੰਜਾਬੀ ਪਾਰਟੀ ਬਣ ਗਈ ਹੈ। ਔਰ ਉਸ ਤੋਂ ਬਾਅਦ ਤੜਾ ਤੜ ਜ਼ਿਲ੍ਹਾ ਪ੍ਰਧਾਨ ਆ ਜੀ ਮਲਹੋਤਰਾ ਸਾਹਿਬ ਹੈ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਇਹੋ ਜਿਹਾ ਹੁਣ ਵਾਲਾ। ਇੱਕ ਵਾਰ ਗੁਰਦੇਵ ਸਿੰਘ ਬਾਦਲ ਨੇ ਫਰੀਦਕੋਟ ਲੋਕ ਸਭਾ ਦੀ ਚੋਣ ਤੋਂ ਬਾਅਦ ਜਦੋਂ ਹਾਰਿਆ ਸੁਖਬੀਰ ਬਾਦਲ, ਉਹਨੇ ਓਪਨ ਬਿਆਨ ਦਿੱਤਾ, ਕਹਿੰਦਾ ਹੁਣ ਇਹ ਉਹ ਅਕਾਲੀ ਦਲ ਨਹੀਂ ਜਿਹੜੇ ਕਛਹਿਰੇ ਟੰਗ ਦਿੱਤੇ ਸੀ ਅਤੇ ਪਰਨੇ ਵੀ ਤਿਆਰ ਰਹਿੰਦੇ ਜੇਲ੍ਹ ਜਾਣ ਨੂੰ। ਹੁਣ ਕਹਿੰਦਾ ਵੱਡੇ ਵੱਡੇ ਬੂਟਾਂ ਵਾਲੇ ਅਤੇ ਮੋਬਾਈਲ ਫੋਨਾਂ ਵਾਲਿਆਂ ਦਾ ਅਕਾਲੀ ਦਲ ਬਣ ਗਿਆ। ਇੱਕ ਤਾਂ ਇਹ ਗੱਲ ਹੈ। ਦੂਜੀ ਮੈਂ ਗੱਲ ਕਰਨੀ ਚਾਹੁੰਦਾ ਇਹ ਇਸ ਬਾਰੇ 'ਚ ਕਿ ਇਹਨਾਂ ਨੇ ਜਿਹੜੀ ਸਿਆਸੀ ਟੈਂਪਰੇਚਰ ਨੂੰ ਮਾਪਣ ਲਈ ਇਹ ਤਰੀਕਾ ਅਪਣਾਇਆ ਉਹਦੇ 'ਚ ਇਹ ਬੁਰੀ ਤਰ੍ਹਾਂ ਫੇਲ ਹੋ ਗਏ। ਹੁਣ ਜੇ ਸਰਹੰਦ ਦੇ ਵਿੱਚ ਕਾਨਫਰੰਸ ਹੁੰਦੀ ਹੈ, ਜੇ ਮੁਕਤਸਰ ਦੀ ਮਾਘੀ 'ਤੇ ਕਾਨਫਰੰਸ ਹੁੰਦੀ ਹੈ, ਬੀਜੇਪੀ ਦੇ ਨਾਲ ਲੀਡਰ ਨਹੀਂ ਬੈਠੇ ਹੁੰਦੇ? ਉਹ ਬੋਲਦੇ ਨਹੀਂ ਕਿ ਕਾਨਫਰੰਸ ਦੀ ਅਤੇ 10 ਸਾਲ ਉਹਨਾਂ ਦੇ ਨਾਲ ਗੱਠਜੋੜ ਰਿਹਾ? ਜੇ ਤਾਂ ਇਹ ਸਰਕਾਰ ਦੇ ਕੀਤੇ ਕੰਮਾਂ ਦੀ ਭੁੱਲ ਬਖਸ਼ਾਉਣ ਲਈ ਗਏ ਹੈ ਤਾਂ ਨਾਲ ਬੀਜੇਪੀ ਵੀ ਚਾਹੀਦੀ ਸੀ। ਸ਼ੋਰ ਨੰਬਰ 1, ਜੇ ਗਏ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਭੁੱਲਾਂ ਨੂੰ ਬਖਸ਼ਾਉਣ ਲਈ, ਫਿਰ ਸ਼ਾਬਾਸ਼ ਇਹਨਾਂ 'ਤੇ ਜ਼ਰੂਰ, ਇਹ ਫਿਰ ਇਹਨਾਂ ਦਾ ਵੱਖਰਾ। ਜੇ ਇਕੱਲਾ ਬਾਦਲ ਪਰਿਵਾਰ ਦੀਆਂ ਕੀਤੀਆਂ ਗਲਤੀਆਂ ਨੂੰ ਅਤੇ ਦੂਜਿਆਂ ਨੂੰ ਐਵੇਂ ਨਾਲ ਲਾ ਲਿਆ ਕਵਰਿੰਗ ਫਾਇਰ ਦੇ ਤੌਰ 'ਤੇ, ਫਿਰ ਵੀ ਗੱਲ ਹੋਰ। ਇਸ ਕਰਕੇ ਟੋਟਲ ਬਿਲਕੁਲ ਕਨਫਿਊਜ਼ਨ ਵਾਲੀ ਗੱਲ। ਮੈਂ ਤਾਂ ਦੇਖੋ ਇਹਨਾਂ ਦੇ ਰਾਜ ਦੇ ਵਿੱਚ ਗੋਲੀਆਂ ਚੱਲੀਆਂ, ਉੱਥੋਂ ਕੀ ਅਣਪਛਾਤੀ ਪੁਲਿਸ, ਹੁਣ ਅਣਪਛਾਤੀ ਮਾਫੀ, ਗੱਲ ਬਰਾਬਰ ਅਣਪਛਾਤੀ ਪੁਲਿਸ ਅਣਪਛਾਤੀ ਮਾਫੀ। ਜੇ ਤੁਸੀਂ ਦੇਖੋ ਹੁਣ ਇਹ ਚਾਹੀਦਾ ਸੀ ਮਾਫੀ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਮਾਫੀ ਮੰਗਣਾ ਉਹਨਾਂ ਦਾ ਹੱਕ ਹੈ, ਉਹਨਾਂ ਚਲੋ ਉਹਨਾਂ ਅਗਰ ਗਲਤੀਆਂ ਹੋਈਆਂ ਉਹਨਾਂ ਦੀ ਡਿਊਟੀ ਵੀ ਬਣਦੀ, ਉਹਨਾਂ ਦਾ ਫਰਜ਼ ਬਣਦਾ। ਪਰ ਉਹ ਜਾਂਦੇ ਕਿਵੇਂ ਨਤਮਸਤਕ ਹੋ ਕੇ ਜਾਂਦੇ, ਆਮ ਪਬਲਿਕ ਵਾਂਗੂ ਜਾਂਦੇ, ਲੋਕਾਂ ਦੇ ਵਿੱਚ ਗੱਲ ਕਲੀਅਰ ਕਰਦੇ, ਅਕਾਲ ਤਖਤ ਸਾਹਿਬ 'ਤੇ ਉੱਥੇ ਹਾਜ਼ਰੀ ਭਰਦੇ, ਉੱਥੇ ਪਬਲਿਕ ਦੀ ਤਰ੍ਹਾਂ ਉੱਥੇ ਸ਼੍ਰੋਮਣੀ ਕਮੇਟੀ ਤੋਂ ਟਾਈਮ ਲੈਂਦੇ, ਉੱਦਾਂ ਹੀ ਅਰਦਾਸ। ਜਿਹੜੀ VIP ਮਾਫੀ ਹੈ ਨਾ, ਇਹ VIP ਮਾਫੀ ਕਿਸੇ ਨੂੰ ਰਾਸ ਨਹੀਂ ਆ ਰਹੀ। VIP ਮਾਫੀ, ਹਾਂ ਇਹ VIP ਮਾਫੀ ਕਿਸੇ ਨੂੰ ਰਾਸ ਨਹੀਂ ਆ ਰਹੀ। ਜਿਹੜੀ ਤੁਸੀਂ ਜਿਹੜੀ ਤੁਸੀਂ ਫਕਰ ਕੌਮ ਦੀ ਗੱਲ ਕਰੀ ਉਹਦੇ ਮੈਂ ਗੱਲ ਜ਼ਰੂਰੀ ਕਰਨਾ ਚਾਹਾਂਗਾ। ਦੇਖੋ ਮੇਰਾ ਕੱਦ ਤੁਹਾਡਾ ਹੈ ਨਹੀਂ ਬਾਦਲ ਸਾਹਿਬ, ਮੈਂ ਤਾਂ ਉਮਰ 'ਚ ਬਹੁਤ ਵੱਡੇ ਨੇ ਕਿ ਮੈਂ ਉਹਨਾਂ 'ਤੇ ਕਮੈਂਟ ਕਰ ਸਕਾਂ, ਨਾ ਹੀ ਮੇਰਾ ਰਾਜਨੀਤਿਕ ਕੋਈ ਕੱਦ ਹੈ। ਪਰ ਜਿਹੜਾ ਸੋਸ਼ਲ ਮੀਡੀਆ 'ਤੇ ਮੈਸੇਜ ਚੱਲ ਰਿਹਾ ਉਹਨਾਂ ਨੂੰ ਗਦਾਰੇ ਕੌਮ ਕਿਹਾ ਜਾਂਦਾ।
ਸੋਸ਼ਲ ਮੀਡੀਆ ਦੇ ਮੁਤਾਬਕ ਵਟਸਐਪ ਤੇ ਪੂਰਾ ਮੈਸੇਜ ਘੁੰਮ ਰਿਹਾ ਕਿ ਫਖਰੇ ਕੌਮ ਦਾ ਜਿਹੜਾ ਸਨਮਾਨ ਵਾਪਸ ਲਵੋ ਉਹ ਗਦਾਰੇ ਕੌਮ ਨੇ। ਚਲੋ ਇਹ ਤਾਂ ਸੋਸ਼ਲ ਮੀਡੀਆ ਤੇ ਕਈ ਚੀਜ਼ਾਂ ਇਹੋ ਜਿਹੀਆਂ ਵੀ ਚੱਲਦੀਆਂ ਜਿਨ੍ਹਾਂ ਦੀ ਬਾਰੇ ਅਸੀਂ ਚਰਚਾ ਉਨੀ ਵੀ ਨਹੀਂ ਕਰ ਸਕਦੇ ਗੇ। ਤਲਵਰ ਸਿੰਘ ਜੀ, ਸਵਾਲ ਇਹ ਹੈਗਾ ਕਿ ਜਦੋਂ ਜਹਿਦਰ ਗਿਆਨੀ ਗੁਰਬਚਨ ਸਿੰਘ ਸੀ ਇਸ ਤੋਂ ਪਹਿਲਾਂ, ਗਿਆਨੀ ਗੁਰਬਚਨ ਸਿੰਘ ਦਾ ਜਾਣਾ ਅਤੇ ਗਿਆਨੀ ਹਰਪ੍ਰੀਤ ਸਿੰਘ ਦਾ ਆਉਣਾ, ਇਹ ਦੋਨੋਂ ਚੀਜ਼ਾਂ ਦਾ ਇਸ ਮਾਫੀ ਦੇ ਨਾਲ ਕੋਈ ਤਾਲੁਕ ਹੈ? ਅਸਲ 'ਚ ਕੀ ਸੀ, ਗਿਆਨੀ ਗੁਰਬਚਨ ਸਿੰਘ ਹੋਣੀ ਜਥੇਦਾਰ ਸਾਹਿਬ ਸੀ ਜਿਹੜੇ, ਉਹਨਾਂ 'ਤੇ ਇਹ ਦੋਸ਼ ਲੱਗਾ ਸੀ ਵੀ ਉਹਨਾਂ ਨੇ ਇੱਕ ਸਮਝੌਤੇ ਤਹਿਤ ਮਾਫ਼ੀ ਦਿੱਤੀ ਸਿਰਸੇ ਵਾਲੇ ਨੂੰ ਅਤੇ ਸਮਝੌਤੇ ਤਹਿਤ ਵਾਪਸ ਲਈ। ਮੇਰੀ ਆਪਣੀ ਸਮਝ ਹੈ ਵੀ ਉਹਨਾਂ ਨੂੰ ਬਦਲ ਕੇ ਸ਼੍ਰੋਮਣੀ ਅਕਾਲੀ ਦਲ ਚਾਹ ਰਿਹਾ ਸੀ ਵੀ ਅਸੀਂ ਜਿਹੜਾ ਦਾਗ ਲੱਗਾ ਉਹਨੂੰ ਧੋਈਏ, ਪਰ ਮੈਨੂੰ ਲੱਗਦਾ ਮਜਬੂਰੀ ਸੀ, ਲੱਗਦਾ ਇਹ ਸੀ ਵੀ ਜੇ ਇੱਕਦਮ ਝਟਕਾ ਦੇ ਦਿੱਤਾ ਕਿਤੇ ਗਿਆਨੀ ਜੀ ਕੁਛ ਬੋਲ ਨਾ ਦੇਣ। ਸੋ ਉਹਦੇ ਨਾਲ ਮੇਲ ਵਾਲੀ ਗੱਲ ਬਹੁਤੀ ਹਾਂ ਨਹੀਂ। ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਦੇਖੋ ਪੁਰਾਣੇ ਅਕਾਲੀ ਲੀਡਰਾਂ ਦੀ ਗੱਲ ਚੱਲ ਰਹੀ ਹੈ, ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀ, ਸਾਡੇ ਪਿੰਡੋਂ ਕੋਈ ਕੁੜੀ ਗਈ ਆਪਣੇ ਫਾਦਰ ਨਾਲ, ਉਦੋਂ ਆਪਣੇ ਪੰਚਾਇਤ ਮੰਤਰੀ ਸੀ ਜਥੇਦਾਰ ਆਤਮਾ ਸਿੰਘ, ਉਹਨਾਂ ਨੇ ਕਿਹਾ ਜਾ ਕੇ ਵੀ ਇਹ ਮੇਰੀ ਬੇਟੀ ਹੈ ਅਤੇ ਇਹ ਕੰਮ ਹੈ, ਕਹਿੰਦਾ ਹੋ ਜੂਗਾ। ਉਹਨੇ ਮੰਗ ਕੀ ਕੀਤਾ, ਕਹਿੰਦਾ ਮੇਰੀ ਇੱਕ ਡਿਮਾਂਡ ਹੈ। ਆਤਮਾ ਸਿੰਘ ਜੀ ਕਹਿੰਦੇ, ਉਹ ਹੈਰਾਨ ਰਹਿ ਗਏ ਵੀ ਆਤਮਾ ਸਿੰਘ ਜੀ ਕੀ ਮੰਗਣ ਲੱਗ ਪਏ। ਕਹਿੰਦੇ ਵੀ ਕੁੜੀ ਨੇ ਨਾ ਆਪਣੇ ਪਰਭੱਟੇ ਮੁੰਨੇ ਹੈ, ਜਦੋਂ ਪਰਭੱਟੇ ਰੱਖ ਕੇ ਆਊਗੀ ਤੇਰਾ ਮੈਂ ਕੰਮ ਕਰ ਦੂੰਗਾ। ਉਦੋਂ ਇਹ ਮੰਗਦੇ ਸੀ, ਹੁਣ ਕੀ ਮੰਗਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਕੇ ਪੀ ਜੀ, ਮੈਂ ਤਾਂ ਇਹਦੇ 'ਚ ਗੱਲ ਮੁੱਕਦੀ ਇਹ ਕਰਾਂਗਾ ਵੀ 10 ਸਾਲ ਦੇ ਰਾਜ 'ਚ ਸਿਆਸੀ ਗਲਤੀਆਂ ਹੀ ਹੁੰਦੀਆਂ, ਧਾਰਮਿਕ ਗਲਤੀਆਂ ਨਹੀਂ ਹੁੰਦੀਆਂ, ਕਿਉਂਕਿ ਸਿਆਸੀ ਤੌਰ 'ਤੇ 10 ਸਾਲ ਸੱਤਾ 'ਚ ਰਿਹਾ ਅਕਾਲੀ ਦਲ। ਜੇ ਇਹਨਾਂ ਨੇ ਗਲਤੀਆਂ ਮੰਨੀਆਂ ਨੇ ਜਾਂ ਜਾਣੇ ਜਾਂ ਅਣਜਾਣੇ 'ਚ ਇਹਨਾਂ ਕਿਹਾ ਵੀ ਗਲਤੀਆਂ ਹੋਈਆਂ ਨੇ, ਅਤੇ ਉਹ 10 ਸਾਲ ਦੇ ਰਾਜ ਦੌਰਾਨ ਜਿਹੜੀਆਂ ਸਿਆਸਤ ਤੌਰ 'ਤੇ ਗਲਤੀਆਂ ਹੋਈਆਂ ਉਹਦੀ ਮੁਆਫ਼ੀ ਮੰਗਣ ਦਾ ਯਤਨ ਕੀਤਾ ਇਹਨਾਂ ਨੇ। ਉਹਦੇ 'ਚ ਹੁਣ ਕਾਮਯਾਬ ਕਿੰਨਾ ਕੁ ਹੁੰਦੇ ਆ ਇਹ ਸਾਰਿਆਂ ਦੇ ਪ੍ਰਵਚਨ ਸੁਣ ਲਓ ਤੁਸੀਂ, ਵੀ ਲੋਕ ਕੀ ਮਹਿਸੂਸ ਕਰਦੇ ਨੇ। ਹਾਂ ਤਾਰੀ ਸਰ, ਲਾਸਟ ਕਮੈਂਟ ਫਟਾਫਟ। ਦੇਖੋ ਇਹਨਾਂ ਨੇ ਜਿਹੜੀ ਗੱਲ ਭਰਵੱਟੇ ਮੰਨਣ ਵਾਲੀ, ਦੇਖੋ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਸੌੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਾਨੂੰ ਵਿਸ਼ਾਲ ਹੋ ਕੇ ਉਹ ਚੱਲਣਾ ਚਾਹੀਦਾ। ਅੱਜ ਜਿਹੜੇ ਕੁਛ ਵਕਤਾ ਹੈਗੇ ਆ ਉਰੇ ਬੋਲਣ ਵਾਲੇ, ਉਹ ਇਹ ਗੱਲ ਕਹਿੰਦੇ ਆ ਕਿ ਜਿਵੇਂ ਇਹਨਾਂ ਨੇ ਤਾਰਾ ਸਿੰਘ ਸੰਧੂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਵਿੱਚ ਹਿੰਦੂਆਂ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ, ਇਹਨਾਂ ਨੇ ਭਰਵੱਟਿਆਂ ਦੀ ਗੱਲ ਕੀਤੀ। ਦੇਖੋ ਮੇਰੀ ਗੱਲ ਸੁਣੋ, ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਬਿਲਕੁਲ, ਦੇਖੋ ਭਰਵੱਟੇ ਮੁੰਨਣ ਵਾਲੀ ਗੱਲ ਕੀਤੀ, ਇਹਨਾਂ ਨੇ ਗੱਲ ਕੀਤੀ ਕਿ ਜੀ ਉਹ ਜ਼ਿਲ੍ਹੇ ਦਾ ਜਥੇਦਾਰ ਚਰਨਜੀ ਲਾਲ ਗਰਗ ਬਣਾਤਾ ਜੀ, ਫਲਾਣਾ ਬਣਾਤਾ। ਦੇਖੋ ਇਹ ਸੌੜੀ ਰਾਜ, ਦੇਖੋ ਮੈਂ ਦੇਖੋ ਗੋਵਿੰਦਰ ਜੀ, ਹਿੰਦੂ ਸਿੱਖਾਂ ਨੂੰ ਕਿਉਂ ਵੰਡਦੇ ਦੇਖਦੇ ਪਏ ਹੋ, ਕਿਉਂ ਵੰਡਦੇ ਪਏ ਹੋ ਭਾਈਚਾਰੇ, ਭਾਈਚਾਰੇ ਸਾਹਿਬ ਨੂੰ ਆਪਾਂ ਕਿਉਂ ਤੋੜਦੇ ਪਏ? ਇਹਨਾਂ ਨੇ ਮਲਹੋਤਰੇ ਦਾ ਨਾਮ ਲਿਆ, ਇਹਨਾਂ ਨੇ ਭਰਵੱਟੇ ਮੁੰਨਣ ਵਾਲੀ ਗੱਲ ਕਰੀ। ਦੇਖੋ ਸੌੜੀ ਰਾਜਨੀਤੀ ਵਾਲੀ ਤਾਂ ਹੁਣ ਗੱਲ ਨਹੀਂ, ਅਸੀਂ ਅਕਾਲੀ ਦਲ ਨੂੰ ਵਿਸ਼ਾਲ ਬਣਾ ਕੇ ਦੇਖਣ ਦੀ ਕੋਸ਼ਿਸ਼ ਕਰੋ। ਮੈਨੂੰ ਤੁਸੀਂ ਸਵਾਲ ਨੂੰ ਸਮਝੇ ਨਹੀਂ ਤਾਰੀ ਸਾਹਿਬ, ਸਮਝ ਗਿਆ ਜੀ ਮੈਂ, ਤੁਸੀਂ ਹੋਰ ਪਾਸੇ ਲੈ ਤਾਰੀ ਸਾਹਿਬ ਜਾਣ ਕੇ ਡਰੇਲ ਕਰ ਰਹੇ ਨੇ। ਦੇਖੋ ਮੇਰੀ ਜਵਾਬ ਦੇ ਮਤਲਬ ਸਮਝ ਲਓ, ਉਹਨਾਂ ਦਾ ਕਹਿਣ ਦਾ ਮਤਲਬ ਨਹੀਂ ਨਹੀਂ ਮੈਂ ਸਮਝਾਉਣਾ ਜ਼ਰੂਰੀ ਹੈ। ਮੇਰਾ ਕਹਿਣ ਦਾ ਮਤਲਬ ਸੀ ਵੀ ਉਦੋਂ ਅਕਾਲੀ ਦਲ ਦੇ ਲੀਡਰ ਜਿਹੜੇ ਸੀ ਸਿੱਖੀ ਦੇ ਪ੍ਰਚਾਰ ਨੂੰ ਪਰਨੋਏ ਸੀ, ਠੀਕ ਹੈ, ਬਿਲਕੁਲ ਗਲਤ ਨਹੀਂ ਕਿਹਾ ਉਹਨੇ, ਪ੍ਰਤੀਬੱਧ ਨਹੀਂ ਨਹੀਂ ਆਦਮਾ ਸਿੰਘ ਹੋਣਾ ਨੇ ਹਿੰਦੂ ਸਿੱਖ ਦੀ ਗੱਲ ਨਹੀਂ ਕੀਤੀ, ਅਸੀਂ ਸਿੱਖੀ ਪ੍ਰਚਾਰ ਨਾ 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 ਬਿਲਕੁਲ। ਦੇਖੋ ਗੁਰੀਆਂ ਨੇ, ਗੁਰੂਆਂ ਨੇ ਇੱਕ ਗੱਲ ਕਹੀ ਕਿ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ, ਪਰਪੱਕ ਹੋਣਾ ਚਾਹੀਦਾ, ਚਾਹੇ ਉਹ ਹਿੰਦੂ ਹੈ ਤਾਂ ਹਿੰਦੂ ਰਹੇ। ਉਹੀ ਗੱਲ ਕਹੀ ਧਾਰਨੀ ਸਾਹਿਬ, ਤਾਂ ਹੋਰ ਹੀ ਪਾਸੇ ਲੱਗਾ। ਇੱਕ ਮਿੰਟ, ਦੇਖੋ ਇਹ ਮਤਲਬ ਸੀ ਤੁਹਾਡਾ ਗੱਲ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਜਿਹੜੀ ਧਾਰਨੀ ਸਾਹਿਬ, ਧਾਰਨੀ ਸਾਹਿਬ ਨਹੀਂ, ਤੁਸੀਂ ਹਿੰਦੂ ਸਿੱਖਾਂ ਚ ਵੰਡਦੇ ਕਿਉਂ ਆਓ? ਇਹੋ ਜੀ ਡਿਬੇਟ ਹਿੱਸਾ ਨਹੀਂ ਬਣ ਸਕਦੀ ਹੈ ਧਾਰਨੀ ਸਾਹਿਬ ਨਾਲ। ਡਟ ਲੋ ਲਾਸਟ ਕਮੈਂਟ ਤੁਹਾਡਾ ਮੈਨੂੰ ਚਾਹੀਦੀ ਹੈਗੀ ਆ, ਡਟ ਲੋ। ਤੁਹਾਨੂੰ ਤਾਂ ਬੜਾ ਤਜਰਬਾ ਹੈਗਾ, ਤੁਹਾਨੂੰ ਤਾਂ ਪਤਾ ਲੱਗ ਜਾਂਦਾ ਵੀ ਕਿਹੜੀਆਂ ਭੁੱਲਾਂ ਦੀ ਮਾਫੀ ਹੈ ਜਿਹੜੀ ਅਸੀਂ ਮੰਗਦੇ ਹਾਂ ਉੱਥੇ ਜਾ ਕੇ। ਬਾਦਲ ਪਰਿਵਾਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ, ਤੁਸੀਂ ਆਪੇ ਵੰਡ ਲਿਓ, ਤੁਸੀਂ ਸਾਨੂੰ ਸਿਖਾ ਰਹੇ ਹੋ ਵੀ ਵੰਡਣਾ ਕਿਵੇਂ ਹੈ, ਕਿਹੜੀਆਂ ਭੁੱਲਾਂ ਤੁਹਾਡੇ ਮੁਤਾਬਕ ਕਿਹੜੀਆਂ ਭੁੱਲਾਂ ਦੀ ਮਾਫੀ ਮੰਗੀਆਂ? ਮੈਂ ਇੱਕ ਭੁੱਲ, ਉਹਨਾਂ ਦਾ ਹੱਕ ਬਣਦਾ ਨਾ ਉੱਥੇ ਜਾ ਕੇ ਅਰਦਾਸ ਕਰਨੀ, ਉਹਨਾਂ ਦਾ ਹੱਕ ਬਣਦਾ ਕਿ ਨਹੀਂ ਬਣਦਾ? ਮੈਂ ਤਾਂ ਇਹੀ ਸਵਾਲ ਖੜਾ ਕੀਤਾ ਵੀ ਉਹ 5 ਕੰਮ 10 ਦਿਨ ਜਿਹੜੇ ਪੰਜਾਬ ਦੇ ਲਈ, ਸਿੱਖਾਂ ਲਈ, ਗਰੀਬਾਂ ਲਈ ਉਹਨਾਂ ਨੇ ਕੀਤੇ ਆ, 5 ਵਾਰੀ ਮੁੱਖ ਮੰਤਰੀ ਰਹੇ ਆ, ਬਹੁਤ ਵੱਡਾ ਅਰਸਾ ਹੁੰਦਾ, ਹਰ ਪਹਿਲੂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਬਿਟਰੇ ਕੀਤਾ, ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਪੰਜਾਬ ਦੇ ਲੋਕਾਂ ਨੂੰ ਕੁੱਟਿਆ, ਨਿਰਦੋਸ਼ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ। ਸੁਮੇਧ ਸਿੰਘ ਸੈਣੀ ਵਰਗਾ ਆਦਮੀ ਹਲੇ ਸਹੁੰ ਖਾਧੀ ਨਹੀਂ ਔਰ ਉਸ ਨੂੰ ਕਿਹਾ ਆ ਬਈ ਤੂੰ DGP ਬਣ, ਔਰ ਉਹ ਆਲਮ ਜਿਸ ਨੇ ਨਕੋਦਰ ਦੇ ਵਿੱਚ 5 ਨਿਰਦੋਸ਼ ਬੱਚਿਆਂ ਨੂੰ
ਕਤਲ ਕੀਤਾ ਔਰ ਉਹਦੇ ਮੂੰਹ ਦੇ ਵਿੱਚ ਗੋਲੀ ਰੱਖ ਕੇ ਇੱਕ ਬੱਚੇ ਨੂੰ ਮਾਰੀ ਆ ਰਿਵਾਲਵਰ ਦੀ ਗੋਲੀ, ਉਸ ਕਿਸਮ ਦੇ ਇਨਸਾਨਾਂ ਨੂੰ ਤੁਸੀਂ ਪੈਟਰਨਾਈਜ਼ ਕੀਤਾ, ਉਹਨਾਂ ਨੂੰ ਤੁਸੀਂ ਪ੍ਰੋਜੈਕਟ ਕੀਤਾ, ਹਾਂ ਅਮੀਤ ਪ੍ਰਧਾਨ ਔਰ ਇਹਦੀ ਵਾਈਫ ਨੂੰ ਟਿਕਟ ਦੇ ਕੇ MLA ਬਣਾਇਆ ਔਰ ਉਹਨੂੰ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ, ਜੋ ਵੀ ਹੈ। ਠੀਕ ਹੈ ਠੀਕ ਹੈ ਧਾਰਨੀ ਸਾਹਿਬ, ਤੁਸੀਂ ਨਹੀਂ ਦੱਸਣਾ ਕਿਹੜੀ ਭੁੱਲਾਂ ਲਈ ਮਾਫ਼ੀ ਮੰਗੀ ਹੈ। ਇੱਕ ਸਵਾਲ ਦਾ ਜਵਾਬ ਦੇ ਦਿਓ, ਉਹ ਵੀ ਸੋਸ਼ਲ ਮੀਡੀਆ 'ਤੇ ਤੈਰਦਾ ਪਿਆ, ਮੈਂ ਸਵਾਲ ਪੁੱਛਣਾ ਚਾਹੁੰਦਾ। ਜਿਹੜੇ ਇਸ਼ਤਿਹਾਰ ਲਾਏ ਆ ਡੇਰਾ ਮੁਖੀ ਦੀ ਮਾਫ਼ੀ ਤੋਂ ਬਾਅਦ 90-91 ਲੱਖ ਦੀ, 90 ਲੱਖ, ਹਾਂ ਉਹਦੀ ਵਾਪਸੀ ਦੀ ਕੋਈ ਗੱਲ ਹੋਈ? ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੀਡੀਆ ਦੇ ਵਿੱਚ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਇਹ ਸਾਡੀ ਕੋਰ ਕਮੇਟੀ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰੀਆਂ ਜਾਣਗੀਆਂ, ਵਿਚਾਰੀਆਂ ਜਾਣਗੀਆਂ। ਦੇਖੋ ਅੱਜ ਦਾ ਜਿਹੜਾ ਦੇਖੋ ਇੱਕ ਮਿੰਟ, ਅੱਜ ਦਾ ਜਿਹੜਾ ਤੁਹਾਡਾ ਵਿਸ਼ਾ ਸੀ ਉਸ ਵਿਸ਼ੇ ਵਿੱਚ ਹੀ ਹੈ ਜੀ। ਦੇਖੋ ਵਿਸ਼ੇ ਦੇ ਵਿੱਚ ਕਿਵੇਂ ਆ, ਦੇਖੋ ਤੁਸੀਂ ਸਾਤੋਂ ਕਹਾਉਣਾ ਕੀ ਚਾਹੁੰਦੇ ਹੋ? ਤਾਰੀ ਸਾਹਿਬ ਸਵਾਲ ਸਿੱਧੇ ਆ, ਤੁਸੀਂ ਸਿੱਧੇ ਸਵਾਲਾਂ ਜਵਾਬ ਹੀ ਦੇ ਰਹੇ, ਗੋਲਮੋਲ ਕਰ ਰਹੇ ਹੋ ਹਰ ਗੱਲ ਨੂੰ। ਤੁਸੀਂ ਕਹਾਉਣਾ ਕੀ ਚਾਹੁੰਦੇ ਆ? ਤੁਸੀਂ ਕਨਫਿਊਜ਼ ਤੁਸੀਂ ਖੁਦ ਹੋ ਜਾਂ ਲੋਕਾਂ ਨੂੰ ਕਨਫਿਊਜ਼ ਕਰਦੇ? ਨਹੀਂ ਨਹੀਂ ਬਿਲਕੁਲ ਕਨਫਿਊਜ਼ ਨਹੀਂ, ਅਸੀਂ ਬਿਲਕੁਲ ਕਲੀਅਰ ਹੈਗੇ ਆ ਸਾਡਾ ਅੱਜ ਦਾ ਧਾਰਮਿਕ ਸਮਾਗਮ ਸੀ। ਬਹੁਤ ਧੰਨਵਾਦ, ਜਿਹਦੇ ਵਿੱਚ ਅਸੀਂ ਬਹੁਤ ਧੰਨਵਾਦ ਤਾਰਨੀ ਸਾਹਿਬ ਤੁਹਾਡਾ, ਤਾਰਾ ਸੰਧੂ ਤੁਹਾਡਾ, ਗਵਿੰਦਰ ਮਿੱਤਲ ਤੁਹਾਡਾ, ਡਾਕਟਰ ਰਿਲੋ ਤੁਹਾਡਾ, ਤਲਵੰਤ ਸਿੰਘ ਤੁਹਾਡਾ ਬਹੁਤ ਧੰਨਵਾਦ। ਬਾਦਲ ਸਾਹਿਬ ਨੇ ਭੁੱਲਾਂ ਕਿਹੜੀਆਂ ਬਖਸ਼ਾਈਆਂ ਹੈਗੀਆਂ ਅਜੇ ਨਹੀਂ ਪਤਾ ਲੱਗ ਸਕਦਾ ਗਾ, ਕਿਉਂਕਿ ਉੱਥੇ ਧਰਮ ਦੀ ਗੱਲ ਕਰਨ ਗਏ ਸੀਗੇ, ਧਾਰਮਿਕ ਸਮਾਗਮ ਸੀ, ਸਿਆਸਤ ਦੀ ਗੱਲ ਕਰਨੀ ਨਹੀਂ ਗਈ। ਅਤੇ ਜਿਹੜਾ 8 ਤਰੀਕ ਨੂੰ ਕਿਹਾ ਸੀਗਾ 8 ਤਰੀਕ ਨੂੰ ਸਾਰੇ ਸਵਾਲਾਂ ਜਵਾਬ ਦੇਵਾਂਗਾ, 10 ਤਰੀਕ ਵੀ ਆ ਕਿ 10 ਤਰੀਕ ਨੂੰ ਕਿਹੜੇ ਸਵਾਲਾਂ ਜਵਾਬ ਦਿੱਤਾ ਤੁਹਾਡੇ ਸਾਹਮਣੇ ਆ, ਕਿਹੜੀਆਂ ਭੁੱਲਾਂ, ਕਿਸ ਤੋਂ ਮਾਫ਼ੀ, ਮਕਸਦ ਕੀ ਹੈ, ਚਰਚਾ ਅਸੀਂ ਕੀਤੀ ਹੈ, ਮਕਸਦ ਤੁਸੀਂ ਲੱਭ ਲਿਓ ਕੀ ਹੈਗਾ। ਬਹੁਤ ਧੰਨਵਾਦ।